ਪਾਇਲ ਮਿਊਜ਼ਿਕ ਤੇ ਬਚਨ ਬੇਦਿਲ ਪੇਸ਼ ਕਰਦੇ ਨੇ ਇੱਕ ਦਰਦ ਭਰੀ ਪਰਿਵਾਰਿਕ ਕਹਾਣੀ ਮਤਰੇਈ ਮਾਂ। ਮਤਰੇਈ ਮਾਂ ਸਨਮਾਨਯੋਗ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਢਾਡੀ ਜਥਾ ਸਮੇਂ ਸਮੇਂ ਸਿਰ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕਰਦਾ ਆ ਰਿਹਾ ਹੈ। ਲੋ ਪੇਸ਼ ਹੈ ਨਵੀਂ ਕੈਸਟ ਮਤਰੇਈ ਮਾਂ। ਗੱਲ ਕੁਝ ਇਸ ਤਰ੍ਹਾਂ ਹੈ, ਸਰਦਾਰ ਸੁਰਿੰਦਰ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ ਦਾ ਵਿਆਹ ਬੜੇ ਚਾਵਾਂ ਸਧਰਾਂ 68-62 ਨਾਲ ਹੋਇਆ। ਥੋੜ੍ਹੇ ਸਮੇਂ ਤੋਂ ਬਾਅਦ ਉਹਨਾਂ ਦੇ ਘਰ ਗੁਲਾਬ ਦੀ ਸੂਹੀ ਕਲੀ ਵਰਗੀ ਬੇਟੀ ਨੇ ਜਨਮ ਲਿਆ। ਹਰਪ੍ਰੀਤ ਕੌਰ ਆਪਣੀ ਬੇਟੀ ਨੂੰ ਪੁੱਤਰਾਂ ਤੋਂ ਵੱਧ ਪਿਆਰ ਕਰਦੀ ਸੀ। ਇੱਕ ਦਿਨ ਲੋਕ ਲੋਰੀ ਦੀ ਧੁਨ ਰਾਹੀਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਸਾਂਝੇ ਕਰ ਰਹੀ ਹੈ। ਮੰਨੂ, ਮੇਰੀ ਮੰਨੂ, ਮੇਰੀ ਧੀ ਰਾਣੀ, ਮੇਰੀ ਪਿਆਰੀ ਧੀ, ਆ ਜਾ ਮੇਰੇ ਕੋਲੇ। ਉਹ ਆ ਜਾ ਪੁੱਤ, ਦੇਖ ਦੇਖ ਕਿਵੇਂ ਖਾਸੀਆਂ ਆਉਂਦੀਆਂ ਨੇ। ਲਓ ਬਈ, ਉਹ ਆ ਗਏ ਤੁਹਾਡੇ ਪਾਪਾ ਜੀ। ਉਹ ਕਿੰਨੇ ਸੋਹਣੇ ਸੋਹਣੇ ਕੱਪੜੇ ਪਾਏ ਨੇ ਮੇਰੀ ਮਨਜੀਤ ਨੇ। ਆ ਜਾ ਬਈ, ਆ ਜਾ ਮੇਰੇ ਕੋਲ, ਆ ਜਾ। ਇਹ ਸ਼ਾਬਾਸ਼, ਤੁਸੀਂ ਨਹੀਂ ਥੱਕਦੇ ਸਾਰੀ ਦਿਹਾੜੀ, ਇਹਨੂੰ ਮੋਢਿਆਂ ਤੋਂ ਨਹੀਂ ਲਾਉਂਦੇ। ਆ ਮੇਰਾ ਪੁੱਤਰ ਮਨੂ, ਮੇਰੇ ਕੋਲ ਆ ਜਾ, ਆ ਜਾ ਪੁੱਤ। ਉਹ ਹਰਪ੍ਰੀਤ, ਤੈਨੂੰ ਕਿੰਨੀ ਵਾਰੀ ਕਿਹਾ ਵੀ ਮੇਰੀ ਧੀ ਦਾ ਪੂਰਾ ਨਾਮ ਮਨਜੀਤ ਕੌਰ ਹੈ, ਉਹੀ ਮਨੂ ਮਨੂ ਕਹੀ ਜਾਨੀ ਹੈ। ਇਹ ਨਾ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਜੀ। ਅੱਛਾ ਅੱਛਾ, ਰਾਤ ਬਹੁਤ ਹੋ ਚੁੱਕੀ ਹੈ, ਤੂੰ ਨੀ ਸੌਂਦੀ, ਨੀ ਸੌਂਦੀ ਤੂੰ। ਹਾਂ ਚੰਗਾ, ਲੈ ਆਪਦੀ ਮੰਮੀ ਕੋਲੇ ਵਗ ਜਾ, ਹੁਣ ਤੇਰੀ ਲੋਰੀ ਬਿਨਾ ਤਾਂ ਇਹਨੇ ਸੋਣਾ ਵੀ ਨੀ। ਆ ਜਾ ਮੇਰਾ ਪੁੱਤ, ਓਏ ਆ ਜਾ, ਆ ਜਾ ਮੇਰਾ ਸ਼ੇਰ, ਆਓ ਜੀ ਆਓ। ਲਓ ਬਈ, ਹੁਣ ਅਸੀਂ ਸੋਨੇ ਆ। ਸੌ ਜਾਤੀ ਏ ਰਾਣੀ।
ਕਾਲੀ ਦੀ ਕੁੱਤੇ ਨੇ ਭਾਰਤੀ ਦੀ ਜਮੀ ਮੈਂ ਤਾਂ ਹਾਏ ਮੈਂ ਤਾਂ ਸਾਬਾ ਜੀ ਹਾਂ ਮੇਰ ਤਾਂ ਕੁਛ ਹੋਰ ਹੀ ਹੋ ਗਿਆ ਸੀ ਨੀ ਆ ਜਾ ਤਾਈ ਮੱਥਾ ਟੇਕਦੀ ਹਾਂ ਨੀਚੇ ਆਉਂਦੀ ਰਹਿ ਪੁੱਤ ਵਸਦੀ ਰਹਿ ਦੁੱਧੀ ਨਾਵੇਂ ਪੁੱਤੀ ਫਲੇ ਰੱਬ ਕਮਾਈ ਚ ਬਰਕਤ ਪਾਵੇ ਪੁੱਤ ਆ ਜਾ ਤਾਈ ਹੋਰ ਸੁਣਾ ਅੱਜ ਕਿਵੇਂ ਆਉਣਾ ਹੋਇਆ ਤੇਰਾ ਸਾਡੇ ਘਰਾਂ ਵੱਲ ਕੀ ਦੱਸਾਂ ਪੁੱਤ ਖਾ ਲਿਆ ਮਾੜੀ ਲਾਦ ਨੇ ਮੇਰਾ ਵੱਡਾ ਪੋਤਾ ਮੱਦੀ ਕਹਿੰਦਾ ਮੈਂ ਨੀ ਮੂੰਗੀ ਦੀ ਦਾਲ ਖਾਂਦਾ ਮੈਨੂੰ ਤਾਂ ਕੋਈ ਹੋਰ ਦਾਲ ਲਿਆ ਕੇ ਦੇ ਹੋਰ ਦੱਸ ਪੁੱਤ ਤੈਂ ਕੋਈ ਤੁਸੀਂ ਕੋਈ ਦਾਲ ਕਰੀਏ ਆਹੋ ਤਾਈ ਅਸੀਂ ਤਾਂ ਮਟਰ ਪਨੀਰ ਬਣਾਇਆ ਲਿਆ ਕੌਲੀ ਮੈਂ ਪਾ ਕੇ ਲਿਆ ਦਿੰਦੀ ਹਾਂ ਕੌਲੀ ਰਹਿਣ ਦੇ ਪੁੱਤ ਬਾਟੀ ਚ ਪਾ ਦੇ ਨਾਲੇ ਭੋਰਾ ਮੈਂ ਖਾ ਲੂੰ ਮੱਚਣੀ ਮੂੰਗੀ ਮੈਨੂੰ ਵੀ ਸਵਾਦ ਨੀ ਲੱਗਦੀ ਆਪਣੇ ਜੱਟਾਂ ਦੇ ਤਾਂ ਦੋ ਹੀ ਦਾਲਾਂ ਨੇ ਗਰਮੀਆਂ ਚ ਕੱਦੂ ਸਿਆਲ ਚ ਸਾਗ ਆ ਸਾਡੀਆਂ ਵੇਚਰਾਂ ਬਹੂਆਂ ਤਾਂ ਛੇ ਛੇ ਡੰਗਾਂ ਦਾ ਇਕੱਠਾ ਹੀ ਸਾਗ ਧਰ ਲੈਂਦੀਆਂ ਨੇ ਉਹ ਅਸੀਂ ਨੂੰ ਤੜਕਾ ਲਾ ਲਾ ਖਾਈ ਜਾਂਦੀਆਂ ਨੇ ਪੁੱਤ ਮੇਰੇ ਤਾਂ ਖਾ ਖਾ ਸਾਗ ਕਦੇ ਕਦੇ ਬੱਖੀ ਹਰੀ ਹੋਣ ਵਾਲੀ ਹੋ ਜਾਂਦੀ ਹੈ ਲੈ ਤਾਈ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਨਾਲੇ ਤੈਨੂੰ ਸਬਜ਼ੀ ਲਿਆ ਕੇ ਦਿੰਦੀ ਹਾਂ ਚਾਹ ਤਾਂ ਰਹਿਣ ਨਹੀਂ ਦਿੰਦੀ ਚਾਹ ਦੀ ਖੇਚਲਾ ਕਰਨ ਦੀ ਕੀ ਲੋੜ ਸੀ ਜੇ ਚੱਲ ਵਾਲੀ ਜਿੱਦ ਕਰਦੀ ਹਾਂ ਤਾਂ ਦੁੱਧ 'ਚ ਪੱਤੀ ਪਾ ਲਿਆ ਖੱਬੀ ਅੱਖ ਫੜਕੀ ਹੈ ਅੱਜ ਕੋਈ ਨਵੀਂ ਸ਼ਾਮਤ ਆਊ ਲੈ ਤਾਈ ਚਾਹ ਲਿਆ ਪੁੱਤ ਪੁੱਤ ਤੈਨੂੰ ਇੱਕ ਗੱਲ ਦੱਸਾਂ ਗਹਾਂ ਨਾ ਦੱਸੀ ਸਿਮਲੋ ਦੀ ਗੱਲ ਹੈ ਜੇ ਕਹੀ ਨਹੀਂ ਆ ਤਾਂ ਚੁਗਲੀ ਹੈ ਜੇ ਨਹੀਂ ਕਹਿੰਦੀ ਤਾਂ ਢਿੱਡ 'ਚ ਪਿੰਨਾ ਜਿਹਾ ਬਣਦਾ ਜੈ ਖਣਦੇ ਦਾ ਤੈਨੂੰ ਪਤਾ ਨਾ ਉਹ ਪੀਤੇ ਦੀ ਮਤਰੇਈ ਮਾਂ ਉਹਨੂੰ ਤਾਂ ਵਿਚਾਰੇ ਨੂੰ ਖੇਤੀ 'ਚ ਲਾ ਲਿਆ ਪੜ੍ਹਨ ਨਹੀਂ ਦਿੱਤਾ ਆਪਦੇ ਪੁੱਤ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਇਆ ਉਹਨੂੰ ਤਾਂ ਵਿਚਾਰੇ ਨੂੰ ਛੱਡ ਕੇ ਵੱਡੇ ਨੂੰ ਤਾਂ ਆਪਦਾ ਛੋਟਾ ਵਿਆਹ ਲਿਆ ਨੀ ਹਾਏ ਹਾਏ ਨੀ ਉਹ ਤਾਂ ਪਤਾ ਨਹੀਂ ਕਿਹੜੇ ਜ਼ਮਾਨੇ ਦਾ ਸਾਧ ਹੈ ਉਹ ਤਾਂ ਖੇਤੋਂ ਹੀ ਨਹੀਂ ਆਉਂਦਾ ਪਤਾ ਨਹੀਂ ਨਪੁੱਤੀ ਦੀ ਧੀ ਨੇ ਕੀ ਕਰਾ ਕੇ ਸਿਰ 'ਚ ਪਾ ਤਾ ਨੀ ਉਹ ਤਾਂ ਸਾਧ ਹੈ ਕਿਹੜੇ ਕਿਸੇ ਜ਼ਮਾਨੇ ਦਾ ਨੀ ਜਿਹੜਾ ਸਾਧ ਨਾਲ ਕਰੂ ਉਹਦਾ ਭਰ ਕੇ ਬੇੜਾ ਹੀ ਡੁੱਬ ਆਈਆਂ ਜੀਆਂ ਹੁੰਦੀਆਂ ਨੇ ਮਤਰਾਈਆਂ ਆਈਆਂ ਜੀਆਂ ਨੀ ਛੱਡ ਤਾਈ ਤੈਂ ਕੀ ਲੈਣਾ ਜਿਹਦਾ ਪਾਪ ਉਹਦਾ ਬਾਪ ਨੀ ਉਹ ਤਾਂ ਠੀਕ ਹੈ ਧੀਏ ਪਰ ਦੁਰਗੀ ਨੂੰ ਸੱਚ ਕਹਿਣ ਦੀ ਆਦਤ ਹੈ ਲੈ ਹੋਰ ਸੁਣ ਲੈ ਬੱਜੂ ਤਾਂ ਚੁਗਲੀ ਆਹ ਕੈਲੋ ਦੀ ਸੁਣ ਲੈ ਲੈ ਕਿਹੜੀ ਕੈਲੋ ਨੀ ਖੇਤ ਵਾਲਿਆਂ ਦੀ ਬੱਜੂ ਤਾਂ ਚੁਗਲੀ ਆਪਦੇ ਘਰ ਵਾਲੇ ਨੂੰ ਤਾਂ ਸਿਆਣਦੀ ਨੀ ਦਿਓਰ ਦੇ ਸਕੂਟਰਾਂ 'ਤੇ ਚੜੀ ਫਿਰਦੀ ਹੈ ਹਾਏ 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 ਕਿਹਾ ਜਿਹਾ ਪਲ ਜੁਗ ਆ ਗਿਆ ਨੇਰ ਸਾਈਂ ਦਾ ਲੈ ਹੋਰ ਸੁਣ ਲੈ ਬੱਜੂ ਤਾਂ ਚੁਗਲੀ ਆਹ ਜੈਕੁਰ ਦੀ ਸੁਣ ਲੈ ਹੁਣ ਕਿਹੜੀ ਜੈਕੁਰ ਦਾ ਨੀ ਉਹ ਕਿਲੇ ਵਾਲਿਆਂ ਦੀ ਉਹਦੀਆਂ ਨੂੰਹਾਂ ਨੇ ਉਹਦੇ ਪੁੱਤਾਂ ਦੇ ਸਾਹਮਣੇ ਕੁੱਟੀ ਹਾਏ ਮੈਂ ਮੱਚ ਜਾਂ ਸਵਾਰੀ ਦੀ ਸਵਾਰੀ ਨੀ ਬੂ ਕੀ ਕਰ ਜੁਗ ਆ ਗਿਆ ਕੁੜੇ ਲੈ ਹੋਰ ਸੁਣ ਲੈ ਬੱਜੂ ਤਾਂ ਚੁਗਲੀ ਉਹ ਸੱਜਣ ਘਰ ਅੱਜ ਹੀ ਨਹੀਂ ਹੈਗਾ ਆਹੋ ਤਾਈ ਨੀ ਉਹ ਜਿਹੜਾ ਨਸ਼ੇ ਪੱਤੇ ਜੇ ਕਰਦਾ ਜਿਹਨੂੰ ਸਹੁਰਿਆਂ ਦੀ ਜ਼ਮੀਨ ਮਿਲੀ ਹੈ ਉਹਦੀ ਸੱਸ ਨੇ ਅਤੇ ਉਹਦੀ ਬਹੂ ਨੇ ਕੁੱਟ ਕੇ ਕੱਢਤਾ ਕੁੱਟ ਕੇ ਬਿਜਲਪੁਰ 'ਚੋਂ ਹਾਏ ਹਾਏ ਨੀ ਕੀ ਕਰ ਚੁਕਾਇਆ ਕੁੜੇ ਮੈਂ ਤਾਂ ਜਾਣੀ ਹਾਂ ਨੀ ਕੁੜੇ ਕੁੱਤਾ ਫੜ ਲਾ ਮੈਨੂੰ ਕੁੱਤਾ ਨੇ ਵੱਢ ਲਿਆ ਮੈਨੂੰ ਤਾਂ ਵਾਲੀ ਡਰ ਲੱਗਦਾ ਕੁੜੇ ਤੇਰਾ ਤਾਇਆ ਤਾਂ ਮਾਂ ਭੈਣ ਇੱਕ ਕਰ ਦੂਗਾ ਮੈਂ ਤਾਂ ਜਾਣੀ ਹਾਂ ਕੁੜੇ ਚੰਗਾ ਬੱਜੂ ਤਾਂ ਚੁਗਲੀ ਨੀ ਚੱਲ ਫੇਰ ਕਰੂੰਗੀ ਚੱਲ ਤਾਈ ਮੈਂ ਲੰਘਾਉਣੀ ਆ ਤੈਨੂੰ ਮੰਮੀ ਮੰਮੀ ਮੈਂ ਤੁਸੀਂ ਮੇਰੇ ਨਾਲ ਸਕੂਲ ਚੱਲਿਆ ਕਰੋ ਕਿਉਂ ਬੇਟੀ ਕਿਉਂਕਿ ਮੇਰਾ ਉੱਥੇ ਤੁਹਾਡੇ ਬਿਨਾਂ ਜੀ ਨਹੀਂ ਲੱਗਦਾ ਸਕੂਲ ਵਿੱਚ ਬੱਚਿਆਂ ਨੂੰ ਦਿਲ ਲਗਾਉਣਾ ਚਾਹੀਦਾ ਜੇ ਸਕੂਲ 'ਚ ਦਿਲ ਲਾ ਕੇ ਨਹੀਂ ਪੜ੍ਹੇਂਗੀ ਤਾਂ ਮੇਰੀ ਧੀ ਵੱਡੀ ਸਾਰੀ ਅਫਸਰ ਕਿਵੇਂ ਬਣੂਗੀ ਹਾਂ ਮੰਮੀ ਮੈਂ ਨਾ ਐਨਾ ਪੜੂੰਗੀ ਓ ਬੱਲੇ ਫੇਰ ਤੇਰਾ ਬਹੁਤ ਸਾਰੇ ਵੱਡੇ ਘਰ 'ਚ ਵਿਆਹ ਕਰ ਦਾਂਗੇ ਹਾਂ ਫਿਰ ਮੈਂ ਤੁਹਾਡੇ ਬੰਕਾਂ ਤੇ ਪਾਵਾਂਗੀ ਹਾਰ ਪਾਵਾਂਗੀ ਸੁੱਖੀ ਲਾਉਂਗੀ ਸ਼ਗਨਾਂ ਦਾ ਚੂੜਾ ਹੱਥਾਂ ਤੇ ਮਹਿੰਦੀ ਸੂਹੇ ਸਾਲੂ ਚ ਲਪੇਟੀ ਸਿਉਨੇ ਨਾਲ ਲੱਦੀ ਮੇਰੀ ਧੀ ਫਿਰ ਮਾਂ ਦੇ ਵਿਹੜੇ ਨੂੰ ਸੱਖਣਾ ਕਰ ਜਾਵੇਗੀ ਤੇ ਆਪਣੀ ਮੰਮੀ ਨੂੰ ਰੋਂਦਿਆਂ ਛੱਡ ਕੇ ਦੂਰ ਚਲੀ ਜਾਵੇਗੀ ਮੰਮੀ ਮੈਂ ਤੁਹਾਨੂੰ ਆਪਣੇ ਨਾਲ ਹੀ ਲੈ ਜਾਂਗੀ ਅੱਛਾ ਜੀ ਕਦੇ ਸਕੂਲ ਨਾਲ ਲੈ ਕੇ ਜਾਂਦੀ ਹਾਂ ਕਦੇ ਸਹੁਰੇ ਨਾਲ ਲੈ ਕੇ ਜਾਂਦੀ ਹਾਂ ਜਾਂ ਮੇਰੀ ਧੀ ਸਕੂਲ ਵਾਲੀ ਵੈਨ ਦਾ ਟਾਈਮ ਹੋ ਗਿਆ ਐਵੇਂ ਲੰਘਾ ਕੇ ਬਹਿ ਜਾਂਗੀ ਅੱਛਾ ਗੱਲ ਸੁਣ ਆ ਲੈ ਟਿਫਨ ਮੈਂ ਤੇਰੇ ਵਾਸਤੇ ਆਲੂ ਵਾਲੇ ਪਰੌਂਠੇ ਬਣਾਏ ਨੇ ਯਾਦ ਨਾਲ ਖਾ ਲਈ ਮੇਰਾ ਸੋਹਣਾ ਪੁੱਤ ਓ ਚੱਲ ਬੇਟੇ ਬੱਸ ਦਾ ਟਾਈਮ ਹੋ ਗਿਆ ਓਹੋ ਹੋ ਹੋ ਲੈ ਦੇਖ ਲੈ ਹੁਣੀ ਵਰਦੀ ਮੈਲੀ ਕਰ ਲਈ ਮੇਰੀ ਧੀ ਨੇ ਪਾਪਾ ਜੀ ਮੈਂ ਮੰਮੀ ਨੂੰ ਸਹੁਰੇ ਨਾਲ ਲੈ ਕੇ ਜਾਵਾਂਗੀ ਓਏ ਪੁੱਤਰ ਤੇਰੀ ਮਾਂ ਦਾ ਸਹੁਰੇ ਕੀ ਕੰਮ ਨਾਲੇ ਮਾਮਾ ਥੋੜਾ ਨਾਲ ਜਾਂਦੀਆਂ ਨੇ ਪਾਪਾ ਜੀ ਫਿਰ ਮੇਰੀਆਂ ਮਿੱਡੀਆਂ ਕੌਣ ਕੁੰਦੇਗਾ ਉੱਥੇ ਮੈਨੂੰ ਕੌਣ ਮਾਇ ਕਰੇਗਾ ਉੱਥੇ ਲੋਰੀ ਕੌਣ ਦੇਵੇਗਾ ਓ ਚੱਲੀਏ ਜਦੋਂ ਤੂੰ ਸਹੁਰੀ ਜਾਵੇਂਗੀ ਉਦੋਂ ਨੂੰ ਬਹੁਤ ਵੱਡੀ ਹੋ ਜਾਏਗੀ ਪਾਪਾ ਜੀ ਮੰਮੀ ਜਿੱਡੀ ਹਾਂ ਆਪਦੀ ਮੰਮੀ ਜਿੱਡੀ ਹਾਂ ਲੈ ਚੱਲ ਪੁੱਤਰ
तेरी स्कूल दी बस दा टाइम हो गया। चलो मम्मी नु प्यारी दियो। चलो मेरा सियाना पुत। पापा जी मैं कनेड़े चढ़ के जावांगी। ओए आजा कनेड़े चढ़ जा भैये। चल भाई चल भाई। ओके बाय बाय। टाटा कर दे। टाटा 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 छोड़ा पुत टाटा। मनजीत नू शानदार अंग्रेजी स्कूल विच एडमिशन दवाई। अचानक हरप्रीत कौर एक नामराद बीमारी का शिकार हो जाती है। हरप्रीत कौर एक दिन अपने घर पलंग ते पई जिंदगी अते मौत नाल जूझदी अपनी लाडली बेटी दे भविख बारे सोच रही है। तेरी दुनिया तो चलिया मैं दूर वे एक गल याद रख लई जरूर वे तेरी दुनिया तो चलिया मैं दूर वे एक गल याद रख लई जरूर वे तेरी दुनिया तो चलिया मैं दूर वे एक गल याद रख लई जरूर वे रोर कर लू बेचारी पूरा हाल मेरे पिछों बिल्कुल ठीक हो जाएगी। ले फड़ आ ले तू ना आपदे हाथ नाल आप दवाई पिलावे मम्मी तेरी। ले मम्मी दवाई पिला हुन तुसी ठीक हो जाओगे मेरी बच्ची। ना ना मम्मी
ਜਿਹੜਾ ਜਿਹੜਾ ਬਿਮਾਰ ਹੋਵੇ ਉਹਨੂੰ ਰੋਣਾ ਨਹੀਂ ਚਾਹੀਦਾ। ਲੈ ਹੁਣ ਤੂੰ ਆਰਾਮ ਨਾਲ ਪੈ ਜਾ, ਦੋ ਘੜੀਆਂ ਅੱਖ ਲਾ ਲੈ, ਲੈ ਵੀ ਜਾ ਪੁੱਤਰ, ਚੱਲ ਮੇਰਾ ਸਿਆਣਾ ਬੱਚਾ, ਜਾ ਕੇ ਪੜ੍ਹ ਲੈ ਪੁੱਤ, ਸਕੂਲ ਦਾ ਕੰਮ ਕਰ ਲੈ। ਚੰਗਾ ਮੰਮੀ, ਤੁਸੀਂ ਸੋ ਜਾਓ। ਚੰਗਾ ਪੁੱਤ, ਅੱਜ ਤੁਹਾਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਪਵੇਗਾ। ਹਾਂ। ਮੇਰੀ ਧੀ ਦੀਆਂ ਅੱਖਾਂ 'ਚ ਕਦੇ ਹੰਝੂ ਨਹੀਂ ਆਉਣ ਦਿਓਗੇ ਤੁਸੀਂ। ਮੈਂ ਤੁਹਾਡੇ ਅੱਗੇ ਹੱਥ ਜੋੜਦੀਆਂ, ਮੇਰੀ ਧੀ ਵਾਸਤੇ ਮਤਰੇਈ ਮਾਂ ਨਾਲ ਲੈ ਕੇ ਆਇਓ, ਮਤਰੇਈ ਮਾਂ ਨਾਲ ਲੈ ਕੇ ਆਇਓ ਜੀ। ਇਹਨਾਂ ਮਤਰਿਆਂ ਨੇ ਕਦੇ ਕਿਸੇ ਨਾਲ ਵਫਾ ਨਹੀਂ ਕੀਤੀ, ਕਦੇ ਕਿਸੇ ਨਾਲ ਘੱਟ ਨਹੀਂ ਗੁਜ਼ਾਰੀ। ਰਾਮ ਲਕਸ਼ਮਣ ਨੂੰ ਬਣਵਾਸ ਦਵਾਉਣ ਵਾਲੀ ਵੀ ਉਹਨਾਂ ਦੀ ਮਤਰੇਈ ਮਾਂ ਕਕਾਈ ਸੀ, ਅਤੇ ਰੂਪ ਬਸੰਤ ਨੂੰ ਵੀ ਘਰੋਂ ਕਢਾਉਣ ਵਾਲੀ ਉਹਨਾਂ ਦੀ ਮਤਰੇਈ ਮਾਂ ਹੀ ਸੀ, ਅਤੇ ਪੂਰਨ ਨੂੰ ਕਤਲ ਕਰਾਉਣ ਵਾਲੀ ਵੀ ਉਸ ਦੀ ਮਤਰੇਈ ਮਾਂ ਹੀ ਸੀ। ਉਹ ਕਮਰੀਏ, ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ, ਦੱਸ ਮੈਨੂੰ, ਤੈਨੂੰ ਕੁਝ ਨਹੀਂ ਹੋਵੇਗਾ, ਉਹੀ ਮਾਮੂਲੀ ਜਿਹੀ ਬਿਮਾਰੀ ਹੈ, ਠੀਕ ਹੋ ਜਾਏਗੀ। ਮੈਨੂੰ ਸਭ ਪਤਾ ਲੱਗ ਚੁੱਕਿਆ, ਇਹ ਮਾਮੂਲੀ ਬਿਮਾਰੀ ਨਹੀਂ ਹੈਗੀ, ਮੈਨੂੰ ਚੱਕਰ ਆਉਂਦੇ ਨੇ, ਮੈਨੂੰ ਮੌਤ ਦੇ ਪਸੀਨੇ ਆਉਂਦੇ ਨੇ। ਆਹ ਵੇਖੋ ਮੈਨੂੰ ਮੌਤ ਨਜ਼ਰ ਆ ਰਹੀ ਹੈ, ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ, ਤੇਰੇ ਮਨ ਦਾ ਭਰਮ ਹੈ, ਜਿਹੜਾ ਜਿਉਣ ਵਾਸਤੇ ਅੜਜੇ ਮੌਤ ਉਹਦਾ ਕੁਛ ਨਹੀਂ ਵਿਗਾੜ ਸਕਦੀ। ਮੇਰੇ ਬਾਅਦ ਮੇਰੀ ਮੰਜੀਤ ਦਾ ਕੀ ਹਾਲ ਹੋਵੇਗਾ, ਮੇਰੇ ਮੰਜੀਤ ਤਾਂ ਰੁੜ ਜਾਵੇਗੀ, ਇਹਦਾ ਕੀ ਬਣੂਗਾ? ਮੇਰੇ ਨਾਲ ਵਾਅਦਾ ਕਰੋ ਤੁਸੀਂ ਮੇਰੀ ਮੰਜੀਤ ਦਾ ਖਿਆਲ ਰੱਖੋਗੇ। ਓ ਮੰਜੀਤ, ਮੇਰੀ ਵੀ ਤਾਂ ਧੀ ਹੈ, ਮੈਂ ਇਹਨੂੰ ਪੁੱਤਾਂ ਤੋਂ ਪਿਆਰੀ ਰੱਖਾਂਗਾ, ਮੈਂ ਵਾਅਦਾ ਕਰਦਾ, ਮੈਂ ਕੋਈ ਦੂਜਾ ਵਿਆਹ ਨਹੀਂ ਕਰਵਾਵਾਂਗਾ, ਅਤੇ ਤੈਨੂੰ ਕੁਝ ਨਹੀਂ ਹੋਵੇਗਾ। ਮੇਰੇ ਸਾਹ ਰੁਕ ਰਹੇ ਨੇ, ਮੈਨੂੰ ਅੱਖਾਂ ਤੋਂ ਦਿਖ ਨਹੀਂ ਰਿਹਾ, ਮੇਰੀ ਧੀ ਨੂੰ ਮਿਲਾ ਦਿਓ, ਮੈਨੂੰ ਕਿੱਥੇ, ਮੈਨੂੰ ਮੇਰੀ ਧੀ ਕਿੱਥੇ ਹੈ? ਹਰਪ੍ਰੀਤ, ਮੰਨੂ ਬੇਟਾ, ਮੰਨੂ! ਹਾਂ ਮੰਮੀ, ਮੰਮੀ ਮੰਮੀ ਤੁਹਾਨੂੰ ਕੀ ਹੋ ਗਿਆ? ਮੰਮੀ ਮੇਰੀ ਬੱਚੀ, ਮੈਨੂੰ ਦਿਖ ਨਹੀਂ ਰਿਹਾ, ਮੈਨੂੰ ਮੇਰੇ ਸੀਨੇ ਨੂੰ ਲੱਗ ਜਾ ਬੇਟੇ। ਹਰਪ੍ਰੀਤ, 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 ਤੂੰ ਬੋਲਦੀ ਕੌਣ? ਹਰਪ੍ਰੀਤ, ਹਰਪ੍ਰੀਤ! ਮਰੇ ਕਿਸੇ ਦੀ ਮਾਂ, ਲੋਕੋ ਲਾਡ ਪਿਆਰ ਦੇ ਸੋਮੇ ਸਭ ਸੁੱਕ ਜਾਂਦੇ, ਬੈਠਣ ਵਾਸਤੇ ਮਿਲੇ ਨਾ ਗੋਦੀ ਵਿੱਚ ਥਾਂ, ਲੋਕੋ ਮਾਂ ਬਾਰੇ ਬੱਚੇ ਨੂੰ ਸਾਰੇ ਹੀ ਘੂਰਦੇ ਨੇ, ਝਿੜਕਾਂ ਦਿੰਦੇ ਨੇ ਤਰ੍ਹਾਂ ਤਰ੍ਹਾਂ, ਲੋਕੋ ਸਿਵੀਆ ਸੱਚ ਸਿਆਣੇ ਆਖਿਆ ਏ, ਮਾਂ ਹੁੰਦੀ ਠੰਡੀ ਸਵਰਗਾਂ ਦੀ ਛਾਂ, ਲੋਕੋ ਲੱਖਾਂ ਯਤਨ ਕੋਸ਼ਿਸ਼ਾਂ ਅਤੇ ਹਜ਼ਾਰਾਂ ਰੁਪਈਆ ਖਰਚ ਕਰਨ 'ਤੇ ਵੀ ਹਰਪ੍ਰੀਤ ਕੌਰ ਬਚ ਨਾ ਸਕੀ, ਰੋਂਦੇ ਕੁਰਲਾਉਂਦੇ ਪਰਿਵਾਰ ਨੂੰ ਸਦੀ ਵੀ ਵਿਛੋੜਾ ਦੇ ਗਈ। ਹਰਪ੍ਰੀਤ ਕੌਰ ਦੀ ਮਾਸੂਮ ਬੇਟੀ ਮਨਜੀਤ ਆਪਣੇ ਪਾਪਾ ਦੇ ਗੱਲ ਨੂੰ ਚਿੰਬੜ ਕੇ ਬਾਰ ਬਾਰ ਮੰਮੀ ਕੋਲ ਜਾਣ ਦੀ ਜਿੱਦ ਇਸ ਤਰ੍ਹਾਂ ਕਰ ਰਹੀ ਸੀ। ਓਏ, ਆ ਫੋਨ ਕਿੱਥੇ ਕਰ ਰਹੀ ਆ ਪੁੱਤਰ? ਪਾਪਾ ਜੀ, ਰੱਬ ਦਾ ਫੋਨ ਨੰਬਰ ਕਿੰਨਾ ਹੈ? ਰੱਬ ਦੇ ਫੋਨ ਤਾਂ ਬਹੁਤ ਸਾਰੇ ਨੇ ਪੁੱਤਰ, ਮੈਂ ਰੱਬ ਨੂੰ ਫੋਨ ਕਰਾਂਗੀ ਕਿ ਮੇਰੀ ਮੰਮੀ ਨਾਲ ਗੱਲ ਕਰਾ ਦਿਓ, ਫਿਰ ਮੈਂ ਮੰਮੀ ਨੂੰ ਕਵਾਂਗੀ ਕਿ ਮੰਮੀ ਮੇਰਾ ਜੀ ਨਹੀਂ ਲੱਗਦਾ, ਸਾਰੇ ਬੱਚੇ ਕਹਿੰਦੇ ਨੇ ਕਿ ਤੇਰੀ ਮੰਮੀ ਨੂੰ ਰੱਬ ਲੈ ਗਿਆ। ਪਾਪਾ ਜੀ, ਰੱਬ ਕਿਉਂ ਲੈ ਗਿਆ? ਮੰਮੀ ਤਾਂ ਉੱਥੇ ਘਰ ਹੈ। ਹਾਂ ਦੀ, ਜੋ ਚੀਜ਼ ਚੰਗੀ ਹੁੰਦੀ ਹੈ ਰੱਬ ਉਹਨੂੰ ਆਪਣੇ ਕੋਲੇ ਬੁਲਾ ਲੈਂਦਾ। ਮੈਂ ਵੀ ਤਾਂ ਚੰਗੀ ਹਾਂ, ਰੱਬ ਮੈਨੂੰ ਕਿਉਂ ਨਹੀਂ ਲੈ ਕੇ ਜਾਂਦਾ? ਰੱਬ ਨੂੰ ਕਹੋ ਜੇ ਮੇਰੀ ਮੰਮੀ ਨਹੀਂ ਭੇਜਣੀ ਤਾਂ ਮੈਨੂੰ ਉਹਦੇ ਕੋਲ ਬੁਲਾ ਲਵੇ, ਫਿਰ ਮੈਂ ਰੱਬ ਅੱਗੇ ਹੱਥ ਜੋੜਾਂਗੀ, ਉਹਨਾਂ ਦੀ ਮਿੰਨਤ ਕਰਾਂਗੀ ਕਿ ਰੱਬ ਜੀ ਮੇਰੀ ਮੰਮੀ ਨੂੰ ਮੇਰੇ ਨਾਲ ਭੇਜ ਦਵੋ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਭੁੱਖ ਵੀ ਨਹੀਂ ਲੱਗਦੀ, ਰੱਬ ਮੇਰੀ ਮੰਨ ਲੇਗਾ ਤੇ ਮੇਰੀ ਮੰਮੀ ਨੂੰ ਮੇਰੇ ਨਾਲ ਭੇਜ ਦੇਵੇਗਾ।
ਨਹੀਂ ਸਿਲੰਡਰ ਘਰੀ ਨਹੀਂ ਆ ਜਾ ਆ ਜਾ ਨਹੀਂ ਆ ਜਾ ਵੇ ਪੁੱਤ ਸਿਲੰਡਰ ਵੇ ਪੁੱਤ ਵੇ ਪੁੱਤ ਮੈਨੂੰ ਤਾਂ ਆਪਦੀ ਧੀ ਦੇ ਭੁਲੇਖੇ ਪੈਂਦੇ ਨੇ ਬਹੁਤੀ ਵੇ ਮੇਰੀ ਧੀ ਬਿਨਾਂ ਤਾਂ ਘਰ ਸਾਂ ਸਾਂ ਕਰਦਾ ਮੈਨੂੰ ਤਾਂ ਭਾਈ ਵਾਲੇ ਭੁਲੇਖੇ ਪੈਂਦੇ ਨੇ ਸੁਭਾਅ ਦੀ ਵਾਲੀ ਚੰਗੀ ਤੀ ਬਸ ਕਰੋ ਤਾਈ ਬਸ ਹੁਣ ਤਾਂ ਸਬਰ ਹੈ ਕੀ ਬਣਦਾ ਰੋਕੇ ਬੇਸਾਬਰ ਕਿੱਥੇ ਹੁੰਦਾ ਪੁੱਤ ਸਬਰ ਤਾਂ ਭਾਈ ਕਰਨਾ ਪੈਂਦਾ ਅਮਸ਼ੂਬ ਨੂੰ ਦੇਖ ਕੇ ਮੇਰੀਆਂ ਦਾਤਾਂ ਨਿਕਲਦੀਆਂ ਨੇ ਬੇ ਪੁੱਤ ਕੁਛ ਵਿਆਹ ਬਾਰੇ ਸੋਚਿਆ ਆਪ ਕਿੰਨਾ ਕੁ ਚਿਰ ਹੱਥ ਫੂਕੇਗਾ ਬੇ ਵੱਜੂ ਤਾਂ ਚੁਗਲੀ ਬੇ ਬਾਅਦ ਚ ਸਰੀਕ ਤਾਂ ਕਿਸੇ ਨੂੰ ਖਾਂਦਾ ਜਰਦੇ ਨਹੀਂ ਤਾਈ ਮੈਂ ਵਿਆਹ ਨਹੀਂ ਕਰਵਾਵਾਂਗਾ ਮੈਂ ਹਰਪ੍ਰੀਤ ਦੇ ਨਾਲ ਵਾਅਦਾ ਕੀਤਾ ਇਹ ਪੁੱਤ ਮਰਿਆ ਨਾਲ ਮਰਿਆ ਥੋੜੀ ਜਾਂਦਾ ਸਾਰੀ ਉਮਰ ਪਈ ਆ ਹਜੇ ਤੇਰੀ ਹਾਏ ਬੇ ਪੁੱਤ ਕੁੜੀ ਤਾਂ ਆਪਦੇ ਸਹੁਰੀ ਤੁਰ ਜੂ ਮਗਰੋਂ ਸਰੀਕ ਸਾਂਭਣਗੇ ਸਾਰੀ ਜਾਇਦਾਦ ਵੱਜੂ ਤਾਂ ਚੁਗਲੀ ਆਹ ਕੁਲਵੰਤੇ ਤੇ ਲਾਲੂ ਦੀ ਗੱਲ ਸੁਣ ਲੈ ਉਹਦੀਆਂ ਭੈਣਾਂ ਨਾਨਕ ਛੱਕਾਂ ਭਰਾ ਕੇ ਵੀ ਜ਼ਮੀਨ ਬਣਾ ਕੇ ਲੈ ਗਈਆਂ ਬਸ ਥੋੜ੍ਹਾ ਸਮਾਂ ਲੰਘਣ 'ਤੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਕਹਿਣ 'ਤੇ ਸੁਰਿੰਦਰ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਬਸ ਫਿਰ ਹੁੰਦਾ ਮਨਜੀਤ ਕੌਰ ਦੇ ਦੁੱਖਾਂ ਦਾ ਸਫ਼ਰ ਸ਼ੁਰੂ ਨੀ ਤੇਰੇ ਸਿਰ ਸਵਾਹ ਅਜੇ ਤੇਰੇ ਤੋਂ ਆ ਚਾਰ ਭਾਂਡੇ ਨਹੀਂ ਮਾਂਜੇ ਗਏ ਨੀ ਕੱਪੜੇ ਤੇਰੀ ਜੰਮਣ ਆਈ ਤਾਂ ਆਪ ਤਾਂ ਕੁੱਤੀ ਮਰ ਗਈ ਅਚੜੇ ਵੱਲੋਂ ਮੇਰੇ ਪੱਲੇ ਪਾ ਗਈ ਦੇਖ ਕਿਵੇਂ ਝਾਟਾ ਖਿਲਾ ਰਿਹਾ ਨੀ ਪਾਣੀ ਭਰਤਾ ਹੁਣੇ ਭਰਦੀ ਆ ਮਾਂ ਜੀ ਚਾਰ ਕੁ ਕੱਪੜੇ ਰਹਿ ਗਏ ਪਹਿਲਾਂ ਗੋਹਾ ਚੁੱਕਣ ਲੱਗ ਪਈ ਸੀ ਨੀ ਖਸਮਾਂ ਖਾਣੀਏ ਛੇਤੀ ਕੰਮ ਨਵੇੜ ਦੇ ਲੈਕਚਰ ਦੇਣ ਲੱਗ ਜਾਂਦੀ ਹੈ ਥੋੜੇ ਜਿਹੇ ਕੰਮ ਤੇ ਸਾਰੀ ਦਿਹਾੜੀ ਲਾ ਦਿੰਦੀ ਹੈ ਮੈਂ ਉੱਪਰ ਚੱਲੀ ਹਾਂ ਚੁਬਾਰੇ 'ਚ ਥੱਕ ਗਈ ਸਾਰਾ ਦਿਨ ਕੰਮ ਕਰਦੀ ਆ ਦੁੱਧ 'ਚ ਪੱਤੀ ਪਾ ਕੇ ਲਿਆ ਨੀ ਸੁਣਿਆ ਨੀ ਤੈਨੂੰ ਆ ਕੱਪੜਿਆਂ ਨੂੰ ਫੇਰ ਫੂਕ ਲਈ ਵੇ ਰੱਬਾ ਵੇ ਤੈਨੂੰ ਭੋਰਾ ਵੀ ਤਰਸ ਨਹੀਂ ਆਇਆ ਜਦੋਂ ਤੂੰ ਮੇਰੀ ਮਾਂ ਨੂੰ ਲੈ ਕੇ ਗਿਆ ਸੀ ਕੋਈ ਤੇਰੀ ਮਾਂ ਨੂੰ ਲੈ ਕੇ ਜਾਵੇ ਫਿਰ ਤੈਨੂੰ ਪੁੱਛਾਂਗੀ ਕਿ ਮਾਵਾਂ ਦਾ ਵਿਛੋੜਾ ਕੀ ਹੁੰਦਾ ਕੋਈ ਵੀ ਦੁੱਖ ਹੋਵੇ ਤਾਂ ਹਰ ਧੀ ਆਪਣੀ ਮਾਂ ਨਾਲ ਸਾਂਝਾ ਕਰਦੀ ਆ ਜੇ ਮੇਰੀ ਮਾਂ ਨੂੰ ਲਿਜਾਣਾ ਸੀ ਤਾਂ ਮੇਰੇ ਲੇਖ ਤਾਂ ਚੰਗੇ ਲਿਖ ਦਿੰਦਾ ਮੇਰੇ ਲੇਖ ਲਿਖ ਕੇ ਤੂੰ ਵੀ ਤਾਂ ਓਹਲੇ ਬਹਿ ਕੇ ਰੋਣਾ ਹੋਵੇਗਾ ਤੇਰੇ ਅੱਗੇ ਹੱਥ ਜੋੜਦੀ ਆ ਹੁਣ ਦੁੱਖ ਸਹੇ ਨਹੀਂ ਜਾਂਦੇ ਮੇਰੇ ਸਬਰਾਂ ਦਾ ਬੰਨ ਟੁੱਟ ਚੁੱਕਾ ਅੱਥਰੂ ਸੁੱਕ ਚੁੱਕੇ ਨੇ ਮੇਰੇ ਦੁਆਰਾ ਲੇਖ ਲਿਖਦੇ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ ਉਹਦਾ ਵਾਹਿਗੁਰੂ ਹੁੰਦਾ ਉਹਦਾ ਵਾਹਿਗੁਰੂ ਹੁੰਦਾ ਵਾਹਿਗੁਰੂ ਹੁੰਦਾ ਉਹਦਾ ਉਹਦਾ ਵਾਹਿਗੁਰੂ ਹੁੰਦਾ ਮਨਜੀਤ ਨੂੰ ਸਕੂਲੋਂ ਹਟਾ ਕੇ ਘਰ ਦੇ ਕੰਮਾਂ ਧੰਦਿਆਂ ਤੇ ਲਾ ਦਿੱਤਾ ਨਿੱਤ ਕੱਪੜੇ ਧੋਣੇ ਭਾਂਡੇ ਮਾਂਜਣੇ ਗੋਹਾ ਕੂੜਾ ਸਿੱਟਣਾ ਉੱਪਰੋਂ ਹਰ ਸਮੇਂ ਮਤਰੇਈ ਮਾਂ ਦੀਆਂ ਝਿੜਕਾਂ ਘੂਰਾਂ ਅਤੇ ਮਾਰ ਕੁਟਾਈ ਮੈਲੇ ਕੱਪੜੇ ਖਿਲਰੇ ਵਾਲ ਨਾ ਚੰਗਾ ਖਾਣ ਨੂੰ ਨਾ ਚੰਗਾ ਪੀਣ ਨੂੰ ਔਰ ਨੌਕਰਾਂ ਵਰਗੀ ਹਾਲਤ ਵਿੱਚ ਮਨਜੀਤ ਹੌਂਕੇ ਅਤੇ ਸਿਸਕੀਆਂ ਭਰ ਕੇ ਆਪਣੀ ਮਰੀ ਹੋਈ ਮਾਂ ਨੂੰ ਇਸ ਤਰ੍ਹਾਂ ਯਾਦ ਕਰਦੀ ਹੈ
ਭੈੜੀ ਬੁੱਥੀ ਆਈ ਏ ਆ ਫੋਟੋ ਦੇ ਸਰਾਣੇ ਨਾਲ ਗਿੱਲੀ ਤੇ ਕੀ ਡਰਾਉਣੀ ਫੋਟੋ ਨਾ ਫੋਟੋ ਤੈਨੂੰ ਦੁੱਧ ਦਿੰਦੀ ਹੈ ਸਾਰੀ ਦਿਹਾੜੀ ਇਹਦੇ ਕੋਲ ਖੜੀ ਰਹੂ ਸਾਰਾ ਕੰਮ ਕਿਆ ਕਰਨ ਨੂੰ ਨਾ ਉਹਨੂੰ ਤੇਰੀ ਜੰਮਣ ਵਾਰੀ ਕਰੂ ਆ ਕੇ ਮਾਂ ਜੀ ਇਹ ਤੁਸੀਂ ਕੀ ਕੀਤਾ ਮੇਰੀ ਮਾਂ ਦੀ ਤਸਵੀਰ ਬੰਨ ਦਿੱਤੀ ਨੇ ਮੇਰੀ ਗਰੀਬਣੀ ਦਾ ਹੀ ਤਾਂ ਇੱਕੋ ਇੱਕ ਸਹਾਰਾ ਸੀ ਜਿਹਨੂੰ ਵੇਖ ਕੇ ਮੇਰਾ ਸਾਰਾ ਥਕੇਵਾਂ ਲੈ ਜਾਂਦਾ ਥਕੇਵਾਂ ਦਾ ਤੇਰਾ ਮੈਂ ਲਾਉਂਗੀ ਤੇਰੀ ਚਮੜੀ ਤੇ ਅੜੂਗੀ ਨੀ ਕੁੱਤੀ ਪਰ ਜੋਗਣ ਕਿਤੇ ਖਾਂ ਦੀ ਜੰਮਣ ਲੱਗੀ ਮਾਂ ਨੂੰ ਖਾ ਗਈ ਨੀ ਹੋਰ ਕਿਹਨੂੰ ਲੈਗੀ ਨਾਲ ਤਾਲੇ ਮੱਥੇ ਵਾਲੀ ਕਿੱਥੋਂ ਪੈ ਗਈ ਪੱਲੇ ਹਾਏ ਵੇ ਰੱਬਾ ਵੇ ਮੈਂ ਇਹ ਜੇ ਕਿਹੜੇ ਮਾੜੇ ਕੰਮ ਕਰੇ ਸੀ ਆ ਪੱਲੇ ਪਾਤੀ ਮੇਰੇ ਉਹ ਕੀ ਗੱਲ ਹੋ ਗਈ ਕਿਉਂ ਬੁਕ ਰਹੀ ਹੈ ਸਾਰਾ ਘਰ ਸਿਰ ਤੇ ਚੱਕ ਰੱਖਿਆ ਤੁਹਾਡਾ ਇਹ ਕਲੇਸ਼ ਕਿਸੇ ਨਾ ਕਿਸੇ ਦੀ ਜਾਨ ਲੈ ਕੇ ਛੱਡੂ ਮੇਰੀ ਜਾਨ ਲਓ ਮੇਰੀ ਵਾਰੀ ਆ ਹੁਣ ਤਾਂ ਮਰਨ ਦੀ ਜੇ ਮਾੜਾ ਜਿਹਾ ਕੰਮ ਕਰਨ ਨੂੰ ਕਹਿ ਦੋ ਤਾਂ ਮੂਹਰੇ ਬੋਲਦੀ ਹੈ ਜੀ ਟੈਲੀਵਿਜ਼ਨ ਦੇ ਮੂਹਰੋਂ ਨਹੀਂ ਹਿੱਲਦੀ ਤੁਸੀਂ ਤਾਂ ਤੜਕੇ ਹੀ ਨਿਕਲ ਜਾਂਦੇ ਹੋ ਮੇਰਾ ਤਾਂ ਸਾਰੀ ਦਿਹਾੜੀ ਕੰਮ ਧੰਦਿਆਂ 'ਚ ਨਿਕਲ ਜਾਂਦੀ ਹੈ ਹਾਏ ਵੇ ਰੱਬਾ ਵੇ ਇੰਨੇ ਮਾੜੇ ਕਰਮ ਕਿਵੇਂ ਦੋ ਜੁਖ ਭਰ ਭਰ ਪਾਲੀ ਹੈ ਸੋਚਿਆ ਸੀ ਸੁੱਖ ਦਊਗੀ ਹਾਏ ਰੱਬਾ ਜੇ ਇਹੋ ਜਿਹੇ ਪੱਲੇ ਪਾਣੀ ਸੀ ਤਾਂ ਮੈਨੂੰ ਹੀ ਚੱਕ ਲਾ ਡਾਡਿਆ ਜੇ ਮਾੜਾ ਜਿਹਾ ਕੰਮ ਨੂੰ ਕਹਿ ਦੂ ਤਾਂ ਇਹਨੂੰ ਮੌਤ ਪੈ ਜਾਂਦੀ ਹੈ ਮਾਰਾ ਜੇ ਜਾਬਾ ਤੇ ਜਾਬਾ ਸੇਕ ਦੂੰ ਪਾਪਾ ਮੇਰੀ ਮੋਈ ਮਾਂ ਦੀ ਤਸਵੀਰ ਛੋਟੀ ਮਾਂ ਨੇ ਭੰਨ ਦਿੱਤੀ ਤੇ ਮੈਨੂੰ ਬਹੁਤ ਮਾਰਿਆ ਹਾਏ ਨੀ ਝੂਠਦੀ ਹੈ ਪੰਡੇ ਹਾਏ ਵੇ ਰੱਬਾ ਵੇ ਕਿਵੇਂ ਮੇਰੇ ਤੇ ਤੋਂਦਾ ਲਾਉਂਦੀ ਹੈ ਨੀ ਮੈਂ ਤਾਂ ਆਪਣੀ ਧੀ ਤੋਂ ਵੱਧ ਪਿਆਰ ਕਰਦੀ ਹਾਂ ਤੈਨੂੰ ਜੇ ਮੇਰਾ ਹੀ ਜਸ ਲਾਣਾ ਐਡਾ ਮਾੜਾ ਜੀ ਕਰਦਾ ਧਰਤੀ 'ਚ ਗਰਕ ਹੋ ਜਾ ਗਰਕ ਲੈ ਕਹਿੰਦੀ ਤਸਵੀਰ ਤੋੜਤੀ ਜੀ ਮੈਂ ਤਾਂ ਸਫਾਈ ਕਰ ਰਹੀ ਸੀ ਆ ਫੋਟੋ ਉੱਪਰੋਂ ਗਿਰ ਗਈ ਆ ਨਾਲੇ ਤਾਂ ਮੇਰੇ ਸੱਟ ਲੱਗੀ ਅਨਪੁੱਤੀ ਹੈ ਕੋਲ ਖੜੀ ਨੇ ਮੈਨੂੰ ਚੱਕਿਆ ਵੀ ਨਹੀਂ ਮਾਂ ਜੀ ਕਿਉਂ ਝੂਠ ਬੋਲਦੇ ਹੋ ਤੇਰੀ ਮਾਂ ਝੂਠ ਬੋਲਦੀ ਹੈ ਤੇ ਤੂੰ ਬੋਲਦੀ ਹੈ ਸੱਚ ਤੈਨੂੰ ਪਾਲ ਪਲੋਸ ਕੇ ਐਡਾ ਵੱਡਾ ਕੀਤਾ ਅਜੇ ਤੂੰ ਉਹਦੇ ਮੂਹਰੇ ਬੋਲਦੀ ਹੈ ਤੂੰ ਕੰਮ ਦਾ ਡੱਕਾ ਨਹੀਂ ਤੋੜਦੀ ਜਦੋਂ ਕੋਈ ਕੰਮ ਨੂੰ ਕਹਿ ਦੂ ਰੋਣਾ ਪੈ ਜੂ ਇਹਨੂੰ ਕੀ ਕਿਹਾ ਪਾਪਾ ਮੈਂ ਕੰਮ ਨਹੀਂ ਕਰਦੀ ਇੱਥੇ ਸਾਰੇ ਵਿਹਲੇ ਬਹਿ ਕੇ ਖਾਂਦੇ ਨੇ ਮੈਂ ਤੜਕੇ 4 ਵਜੇ ਉੱਠਦੀ ਹਾਂ ਤੇ ਰਾਤ ਦੇ 12 ਵੱਜ ਜਾਂਦੇ ਨੇ ਸਿਰ ਖੁਰਕਣ ਦੀ ਵੇਲ ਨਹੀਂ ਮਿਲਦੀ ਆਹ ਦੇਖੋ ਮੇਰੇ ਪਿੰਡੇ ਤੇ ਲਾਸਾਂ ਇਹ ਮਾਵਾਂ ਧੀਆਂ ਦੋਵੇਂ ਮੈਨੂੰ ਕੁੱਟਦੀਆਂ ਮਾਰਦੀਆਂ ਨਹੀਂ ਅੱਛਿਆ ਅਸੀਂ ਤੈਨੂੰ ਮਾਰਦੀਆਂ ਨਹੀਂ ਸਮਾਰ ਕੇ ਮਿੱਟੀ ਪਲੀਤ ਕਰਦੇ ਮੇਰੀ ਸਮਾਰ ਕੇ ਲੋਕਾਂ ਨੂੰ ਦੱਸਦੇ ਵੀ ਮਤਰੇ ਹੈ ਨਹੀਂ ਤੂੰ ਮੈਨੂੰ ਐਂ ਦੱਸ ਕਦੇ ਤੇਰੇ ਨਾਲ ਦਰੈਤ ਰੱਖੀ ਹੈ ਨਹੀਂ ਤੈਨੂੰ ਪਿੰਕੀ ਤੋਂ ਵੱਧ ਪਿਆਰ ਕੀਤਾ ਮੈਂ ਰਹਿਣ ਦਿਓ ਮਾਂ ਜੀ ਰਹਿਣ ਦਿਓ ਝੂਠ ਦੀ ਕੋਈ ਹੱਦ ਹੁੰਦੀ ਹੈ 3 ਦਿਨ ਹੋ ਗਏ ਸੀ ਬੁਖਾਰ ਚੜ੍ਹਦੇ ਨੂੰ ਪੁੱਛਿਆ ਕਿ ਮਨਜੀਤ ਤੇਰਾ ਬੁਖਾਰ ਕਿੱਦਾਂ ਭੁੱਖੜ ਪਾਣੀ ਅੰਦਰ 3 ਦਿਨ ਪਈ ਰਹੀ ਇਹੋ ਜਿਹੇ ਮੌਕੇ ਤਾਂ 7 ਬੇਗਾਨੇ ਵੀ ਕੰਮ ਆ ਜਾਂਦੇ ਨੇ ਮੈਨੂੰ ਝੂਠੀ ਮੂਠੀ ਪੁੱਛ ਲੈਂਦੀ ਤੇਰੀ ਮਾਂ ਤੈਨੂੰ ਸਮਝਦੀ ਨਹੀਂ ਮਨਜੀਤ ਮੈਂ ਤੇਰਾ ਖੂਨ ਪੀਜੂ ਖੂਨ ਬੜੀ ਜ਼ਬਾਨ ਚੱਲਦੀ ਆ ਤੇਰੀ ਉਹ ਛੋਟੇ ਵੱਡੇ ਦਾ ਲਿਹਾਜ਼ ਹੀ ਭੁੱਲ ਗਈ ਤੂੰ ਛੱਡੋ ਜੀ ਰਹਿਣ ਦੋ ਐ ਨਾ ਕਰੋ ਤੁਸੀਂ ਜੀ ਮੈਨੂੰ ਜੋ ਮਰਜ਼ੀ ਸਜ਼ਾ ਦਿਓ ਪਰ ਮੇਰੀ ਧੀ ਨੂੰ ਕੁਝ ਨਾ ਕਹੋ ਇਹ ਤੁਹਾਨੂੰ ਰੱਬ ਦਾ ਵਾਸਤਾ ਆ ਲੋਕ ਕੀ ਕਹਿਣਗੇ ਚਲੋ ਤੁਹਾਨੂੰ ਮੇਰੀ ਸੁਣ ਚਲੋ ਤੁਸੀਂ ਅੰਦਰ ਮਾਰ ਲਓ ਮੈਨੂੰ ਤੁਸੀਂ ਵੀ ਮਾਰ ਲਓ ਪਾਪਾ ਤੁਸੀਂ ਸਾਰੇ ਮੇਰੇ ਵੈਰੀ ਕਿਉਂ ਬਣ ਗਏ ਹੋ ਇੰਨਾ ਪੱਥਰ ਦਿਲ ਤੁਹਾਡਾ ਕਿਵੇਂ ਹੋ ਗਿਆ ਤੁਸੀਂ ਤਾਂ ਮੈਨੂੰ ਕਨੇੜੇ ਤੋਂ ਨਹੀਂ ਸੀ ਲਾਉਂਦੇ ਹੁਣ ਮੈਂ ਤੁਹਾਡੇ ਤੇ ਬੋਝ ਬਣ ਗਈ ਹਾਂ ਨਹੀਂ ਮੈਨੂੰ ਛੱਡ ਕੇ ਜਾਣ ਵਾਲੀ ਇਹ ਅਮੜੀਏ ਮੈਨੂੰ ਜੰਮਦੀ ਨੂੰ ਕਿਉਂ ਨਾ ਮਾਰਿਆ ਮਾਂ ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਆ ਹੁਣ ਜ਼ੁਲਮ ਸਹਿਣ ਦੀ ਤਾਕਤ ਨਹੀਂ ਰਹੀ ਮੈਨੂੰ ਆਪਣੇ ਕੋਲ ਬੁਲਾ ਲੈਣੀ ਮੈਨੂੰ ਜੰਮਣ ਵਾਲੀ ਹੈ ਜਾਂ ਫਿਰ ਮੇਰੇ ਕੋਲ ਆ ਜਾ ਮੇਰੇ ਦੁੱਖ ਸੁਣ ਲੈ ਆ ਕੇ ਮੇਰੇ ਦੁੱਖ ਸੁਣ ਲੈ ਆ ਕੇ ਮਾਂ ਮੇਰੇ ਦੁੱਖ ਸੁਣ ਲੈ ਆ ਕੇ ਮੇਰੇ ਦੁੱਖ ਸੁਣ ਲੈ ਸੰਸਾਰ ਵਿੱਚ ਸਭ ਤੋਂ ਪਿਆਰਾ ਤੇ ਮਿੱਠਾ ਸ਼ਬਦ ਮਾਂ ਹੈ ਕੁਝ ਚੰਗੀਆਂ ਮਤਰੇਈਆਂ ਮਾਵਾਂ ਨੂੰ ਛੱਡ ਕੇ ਭੈੜੀਆਂ ਮਤਰੇਈਆਂ ਮਾਵਾਂ ਦਾ ਇਤਿਹਾਸ ਵਿੱਚ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ ਜੱਗ ਮਾਰਦਾ ਕੜੇ
मासूम मनजीत उत्ते जुल्मां दा कहर यारी सी। घर विच मनजीत नाल हर तरह का विचकरा हुंदा। उस दी मतरेई मां दे पेटों पैदा होई। उस दी छोटी भैण मनजीत दे जख्मां ते लून छिड़कदी रहिंदी। सिसकियां भरदी मनजीत जदों इह शिकायत अपने डैडी कोल लै के गई तां अपने पहलां वाली पत्नी दे वादे भुल चुके अते बाप दीआं जिम्मेवारियां तों मुनकर होए नवी बहुटी दे प्यार विच खोए सुरेंद्र सिंह ने उल्टा यह कह के झिड़कां दित्तियां कि तू अपनी छोटी माँ का कहना नहीं मनदी। आखिर विच उस बेदर्द औरत ने मनजीत लई एक बहुत ही गरीब घर का मुंडा वेख के उस दा ब्याह धर दिता। अते बेचारी मनजीत अपने पत्थर दिल बाबल नू यह उलांभा दे के हंजू केरदी सिसकियां भरदी अपनी देहली नू अलविदा इस तरह कह गई। कोई शिकवा करन नहीं आई पापा, बस जांदी वारी तुहानू गल लाउण आई आ। तेरियां अखां शिकवा कर रहियां ने, तेरा चेहरा शिकवा कर रहा है। धीए जो कुछ मैं कीता वो चंगा नहीं कीता, तेरा वर लभण लग्या मैं गलती कर बैठा। तेरा ते ओदी उम्र दा किन्ना फर्क है, तेरी छोटी मां दी दूर दी रिश्तेदारी चो है ना, इस करके मैं हाँ कर बैठा। पर तू खुश नहीं थी है। खुश किदा हो सकती है जिस दे अरमाना दा कतल हो जावे, जिस दियां सदरां नू दबा दिता जावे, ओ ती किदा खुश हो सकती है, किदा खुश हो सकती है। नहीं पापा जी, मैं बहुत खुश हूँ। जिस खुशी विच माँ बाप की खुशी होवे उही बच्चियां दी खुशी हुंदी है। पर घर आंदियां धीआं वर आप नहीं चुनदियां, नाले पापा धीआं तां बेजुबान हुंदियां ने, जिथे मापे तोड़ देण उत्थे जाणा पैंदा। बस मेरी थी, बस मेरी थी, बस थी है। मैनू माफ कर दी, मैं तेरा गुनाहगार हां। पता नहीं रब मैनू इस पाप दी किड्डी कु वड्डी सजा देवेगा। रोईदा नहीं पापा, रोईदा नहीं। धूनी चंदराज ने भी रजनी दा पिंगले नाल व्याह कीता सी। इत्थे हर कोई आपो अपना करम खांदा। अज जांदी वारी कुछ मंगण लगी हां। मंग मेरी ती, मंग। मेरी मां दी तस्वीर मैनू नाल लै जान दियो। हां लै जाती है, तेरे बिना ओदा इत्थे है ही कौन सी। ले फड़ती है, ले जा। पापा, पापा मैनू फिदा नहीं करोगे। पापा बस दी है। नहीं पापा, मैं तेरा गुनाह कर दी है, नहीं मैनू माफ कर दी पुत। नहीं पापा, वही तो नहीं पापा। बस मेरी दी। पापा
ਸਿੰਘ ਦੀ ਦੂਸਰੀ ਪਤਨੀ ਨੇ ਆਪਣੇ ਪੇਟੋਂ ਜਨਮੀ ਧੀ ਨੂੰ ਪੜ੍ਹਾ ਲਿਖਾ ਕੇ ਇੱਕ ਬਹੁਤ ਹੀ ਅਮੀਰ ਘਰ ਵਿੱਚ ਵਿਆਹ ਦਿੱਤਾ। ਕੁਦਰਤ ਨੇ ਮਿੱਤਰੋ ਐਸਾ ਕ੍ਰਿਸ਼ਮਾ ਕੀਤਾ ਕਿ ਸੁਰਿੰਦਰ ਸਿੰਘ ਦੀ ਅਮੀਰ ਘਰੇ ਵਿਆਹੀ ਛੋਟੀ ਧੀ ਦੇ ਘਰ ਵਾਲਾ ਸ਼ਰਾਬੀ ਕਬਾਬੀ ਜੂਏਬਾਜ ਹੋਣ ਕਰਕੇ ਸਾਰੀ ਜਾਇਦਾਦ ਫੂਕ ਬੈਠਾ। ਅਤੇ ਉੱਧਰ ਮਨਜੀਤ 'ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਉਹ ਕਾਰਾਂ ਕੋਠੀਆਂ ਔਰ ਸੁੱਖ ਦੀ ਜ਼ਿੰਦਗੀ ਜੀਣ ਲੱਗੀ। ਪੀਂਘਦੇ ਹੋ ਲਾਰੇ ਨਾਲ ਗਾਵਾਂ ਤੂੰ ਇੱਕ ਵਾਰੀ ਆ ਜਹਾਨੀਆਂ ਕਿਹੜੀ ਆਉਂਦੀ ਹੈ ਨੀ ਇਹ ਮੈਨੂੰ ਐ ਲੱਗਦਾ ਜਿਵੇਂ ਇਹ ਜੈਖੰਡ ਦੇ ਕਿਤੇ ਦੀਂਦਾ ਨੀ ਨੀ ਜਮੇਰੋ ਲੱਗਦੀ ਹੈ ਤਾਂ ਨੀ ਇਹ ਤਾਂ ਸਾਵੀ ਜਮੇਰੋ ਹੈ ਕੁੜੇ ਨੀ ਜਮੇਰੋ ਨੀ ਖੜ ਜਾ ਮਾੜੀ ਜੀ ਨੀ ਖੜ ਜਾ ਨੀ ਲੌਂਗੀ ਤੇ ਜੈਖੜ ਨੀ ਖੜ ਜਾ ਨੀ ਬੈਚਰੇ ਖੜ ਜਾ ਨੀ ਕੁੜੇ ਕਿਹੜੀਆਂ ਭਾਈ ਆਹੋ ਹੁਣ ਕਰ ਸਿਆਣਦੀਆਂ ਤੂੰ ਮੈਨੂੰ ਹੁਣ ਤੂੰ ਹੈਗੀ ਵੱਡੇ ਜੋੜਾਂ 'ਚ ਮੇਰੇ ਵਰਗੀਆਂ ਤੁਰੀਆਂ ਫਿਰਦੀਆਂ ਬੁੜੀਆਂ ਤੇਰੇ ਕਿੱਥੇ ਪਸੰਦ ਨੇ ਤੂੰ ਫਿਰਦੀਆਂ ਸਾਈਕਲਾਂ 'ਤੇ ਚੜ੍ਹੀ ਓਏ ਹੋਏ ਬੂ ਮੈਂ ਮੱਚ ਜਾ ਨੀ ਤੂੰ ਤਾਂ ਦੁਰਗੀ ਵੈਰਲੈਸ ਆ ਨੀ ਮੈਂ ਤਾਂ ਤੈਨੂੰ ਹੁਣ ਪਛਾਣਿਆ ਨੀ ਆ ਗੱਲ ਲੱਗ ਕੇ ਮਿਲ ਨੀ ਹੋਰ ਆ ਜਾ ਆ ਜਾ ਆਏ ਹਾਏ ਸੁਣਤਾ ਹੋਰ ਤੂੰ ਕਿੱਧਰ ਦੀ ਤਿਆਰੀ ਖਿੱਚੀ ਆ ਹੁਣ ਨੀ ਵੱਜਦੀ ਚੁਗਲੀ ਹੈ ਨੀ ਮੈਂ ਤਾਂ ਉਹਨਾਂ ਦੀ ਕੁੜੀ ਕੋਲ ਚੱਲੀ ਆ ਜਿਹੜੀ ਉਹ ਸਲਿੰਦਰ ਕੀ ਕੁੜੀ ਹੈਗੀ ਉਹਨੇ ਵਿਆਹੀ ਤੀ ਮਤੇਰ ਮਾਂ ਨੇ ਜਮੀ ਚੱਜ ਦੇ ਥਾਵੇਂ ਨੀ ਵਿਆਹੀ ਤੀ ਜਿਵੇਂ ਰਜਨੀ ਪਿੰਗਲੇ ਦੇ ਲੜ ਲਾਤੀ ਸੀ ਐਂ ਡੱਕਰਤੀ ਸੀ ਵਿਚਾਰੀ ਧੱਕੇ ਦੇ ਦੇ ਘਰੋਂ ਵੱਜਦੀ ਚੁਗਲੀ ਹੈ ਨੀ ਉਹ ਰੰਗੀ ਵੱਸਦੀ ਅੱਜ ਨੀ ਕੀ ਪੁੱਛਦੀਆਂ ਹੈ ਉਹ ਤਾਂ ਮੂਹਰੇ ਨੌਕਰ ਕੰਮ ਕਰਦੇ ਨੇ ਉਹਦੇ ਨੀ ਆਹ ਜਿਹੜੇ ਜੈਖਣ ਦੇ ਡਿਊਟੀਆਂ ਜਿਹਨੂੰ ਕੰਨਾਂ ਜਿਹਨੂੰ ਲਾ ਲਾ ਗੱਲਾਂ ਜਿਹੀਆਂ ਕਰਦੇ ਹੁੰਦੇ ਨੀ ਇਹ ਤਾਂ ਉਹਦੇ ਕੋਲ ਤੂਆ ਤਿੰਨ ਨੇ ਨੀ ਰੱਬ ਦੀ ਕੋਈ ਚੀਜ਼ ਹੈ ਉਹਨੇ ਕਿਹੜਾ ਰੱਬ ਦੇ ਮਾਂ ਮਾਰੇ ਨੇ ਨੀ ਰੱਬ ਦੇ ਘਰੇ ਹਨੇਰ ਨੀ ਦੇਰ ਹੁੰਦੀ ਹੈ ਨੀ ਜੇ ਤੂੰ ਸ਼ਹਿਰ ਚੱਲੀ ਹੈ ਤਾਂ ਮੈਨੂੰ ਵੀ ਸ਼ਹਿਰ ਲੈ ਚੱਲ ਕੁੜੀਏ ਮੇਰੇ 5 ਰੁਪਏ ਬਚ ਜਾਣਗੇ ਵੀਰ ਮੇਰੇ ਤੇ ਕਸੂਰ ਹੀ ਵੱਜ ਜਾਂਦਾ ਤੂੰ ਐਂ ਕਰ ਲੈ ਚੱਲ ਤੂੰ ਬਹਿ ਜਾ ਫਿਰ ਐਂ ਕਰ ਤੂੰ ਡੰਡੇ 'ਤੇ ਬਹਿ ਜਾ ਫਿਰ ਨੀ ਬੂ ਨੀ ਇਹ ਤਾਂ ਚੁੱਭੂਗਾ ਮੈਂ ਤਾਂ ਕਿਵੇਂ ਬੈਠੂੰਗੀ ਇਹ ਲੈ ਖੜ ਜਾ ਖੜ ਜਾ ਚੁੱਭੂ ਤੇਰੇ ਇਹ ਲੈ ਮੈਂ ਝੋਲਾ ਬੰਨ੍ਹਦੀ ਹਾਂ ਇਹ ਲੈ ਹੁਣ ਬਹਿ ਜਾ ਲੈ ਲੋਟ ਹੋ ਕੇ ਨੀ ਲੈ ਇਹ ਬਹਿਗੀ ਬੂ ਮੈਂ ਤਾਂ ਫਿੱਟ ਜਿਹਾ ਨਹੀਂ ਆਉਂਦੀ ਜੈ ਖੰਡਿਆ ਦੀ ਨੀ ਹੋਰ ਨਾ ਮੇਰਾ ਚੂੜਾ ਤੜਾ ਦੀ ਇਹ ਲੈ ਬਹਿਗੀ ਚੰਗਾ ਚੱਲ ਫਿਰ ਮੈਂ ਤਾਂ ਸਾਈਕਲ ਦਾ ਬਰੋਲਾ ਬਣਾ ਦੂੰਗੀ ਹੁਣੇ ਨੀ ਬੂ ਨੀ ਤਾਂ ਇਹਦਾ ਸਪੀਡ ਚੱਕਤੀ ਕੁੜੇ ਬੂ ਵੇ ਭਾਈ ਵਿੱਚ ਨਾ ਵਿੱਚ ਵੇ ਪਾਲੀਆਂ 'ਚ ਨਾ ਮਾਰੀ ਨੀ ਮਾਈਸਾਂ ਜਾਂਦੀਆਂ ਨੇ ਨੀ ਮਾਰੀ ਨਾ ਕੁੜੇ ਨੀ ਨੀ ਸ਼ਹਿਰ ਆ ਗਿਆ ਨੀ ਨੀ ਇਹ ਹੋ ਦੇਖ ਨੀ ਭਾਈ ਕੇਲੇ ਵਾਲਾ ਭਾਈ ਕੇਲੇ ਵੇਚਦਾ ਵੇ ਭਾਈ ਕੇਲੇ ਕਿਵੇਂ ਲਾਏ ਨੇ ਆ 20 ਰੁਪਏ ਦਰਜਨ ਲਾ ਦਿੱਤਾ ਤੇ ਆ 25 ਰੁਪਏ ਦਰਜਨ ਲਾ ਦਿੱਤਾ ਆ ਤੁਹਾਨੂੰ ਕਿਹੜੇ ਚਾਹੀਦੇ ਹੈਗੇ ਜੀ ਵੇ ਪੁੱਤ ਵੇ ਮੈਨੂੰ ਤਾਂ ਗਾਡਰ ਕੇਲਾ ਚਾਹੀਦਾ ਆ ਲੈ ਬੀਬੀ ਜੀ ਗਾਡਰ ਕੇਲਾ ਵੇ ਪੁੱਤ ਇਹਨੂੰ ਨੂਣ ਤਾਂ ਲਾ ਦੇ ਜਾਖਣ ਦੇ ਤਾਂ ਲਾਉਂਦਾ ਹੈਗਾ ਬੀਬੀ ਜੀ ਵੇ ਪੁੱਤ ਕਿੰਨੇ ਪੈਸੇ ਹੋ ਗਏ ਇਹ 25 ਰੁਪਏ ਜੀ ਬੂ ਮੈਂ ਮੱਚ ਗਈ ਵੇ 25 ਰੁਪਈਆਂ ਨੂੰ ਟਿਕਾਣਾ ਹੈ 25 ਰੁਪਏ ਲੱਗਣੇ ਬੇਬੇ ਜੀ ਇਹਦੋਂ ਘੱਟ ਨਹੀਂ ਜੀ ਲੱਗਣੀ ਵੇ ਮਰ ਜਾਣੇ ਆ 25 ਤੈਨੂੰ ਦਿੰਨੀ ਆ ਇੱਥੇ ਪਤਾ ਸੀ ਕੌਣ ਆ ਗਈਆਂ ਅਸੀਂ ਈਲ ਵਾਲੇ ਸੰਗਾਰੇ ਤੇ ਡੋਪਲੀ ਦੇ ਤਾਈਆਂ ਤੇਰੀ ਰੇੜੀ ਰੂੜੀ ਜਿੱਥੇ ਵਿੱਚੀ ਖੰਡਿਆ ਦੇਣੀਆਂ ਚੱਲ ਨੀ ਕਹਾ ਤੇ ਤੂੰ ਸਾਈਕਲ ਨੂੰ ਦਿੰਨੇ ਆ ਇਹਨੂੰ 25 ਰੁਪਏ ਹਾਂ ਮੇਰੇ 25 ਰੁਪਏ ਦਾ ਦੇ ਦੋ ਬੀਬੀ ਜੀ ਹਾਂ ਮੇਰੇ 25 ਰੁਪਏ ਦਾ ਦੇ ਦੋ ਹਾਂ ਬੇਤਲਾ ਮਰ ਪਜਾ ਲਓ ਦੇ ਦੋ ਮੇਰੇ 25 ਰੁਪਏ ਦਾ ਦੇ ਦੋ ਜੀ ਨਹੀਂ ਪਜਾ ਲਾ ਨਹੀਂ ਪਜਾ ਲਾ ਯਾਰ ਤਵੀ ਕਸੂਰ ਹੋਇਆ ਜਾਂ ਦਾ ਡਰ ਲੱਗਦਾ ਨਹੀਂ ਕਿਤ ਮੰਗ ਰਿਹਾ ਨਾ ਅਜ ਜਾ ਖਣ ਦਾ ਗੋਲ ਦੂ ਜਾਂ ਨਹੀਂ ਮੰਗ ਰਿਹਾ ਨਾ ਜੀ ਨਹੀਂ ਪਜਾ ਲਾ ਕੁੜੇ ਨੀ ਬਾਣੀ ਤੇਰੇ ਦੁਰਗੀਏ ਨੀ ਮੰਨ ਗਈ ਤੇਰੇ ਚਲਤਰਾ ਨੂੰ ਨੀ ਤੈਂ ਤਾਂ ਗਾਡਰ ਕੇਲੇ ਵੀ ਖਵਾ ਦੇ ਅੱਜ ਨੀ ਹੁਣ ਤਾਂ ਭਾਈ ਮੇਰੇ ਗਰਮੀ ਵਾਲੀ ਆਉਂਦੀ ਹੈ ਮੈਨੂੰ ਤਾਂ ਐ ਕਰ ਕੁਲਫੀ ਦਾ ਭੋਰਾ ਖਵਾ ਦੇ ਹੋ ਦੇ ਖੜਾ ਕੁਲਫੀਆਂ ਲੱਗੇ ਆ ਕੁਲਫੀ ਠੰਡੀ ਠਾਰੇ ਆ ਕੁਲਫੀ ਠੰਡੀ ਠਾਰੇ ਵੇ ਭਾਈ ਕੁਲਫੀਆਂ ਵਾਲਿਆ ਵੇ ਕਿੰਨੇ ਦੀ ਕੁਲਫੀ ਹੈ ਇਹ ਆ ਹੈਗੀ ਹੈ ਬੀਬੀ 5 ਰੁਪਏ ਦੀ ਆ ਕੱਪ 10 ਰੁਪਏ ਦਾ ਆ ਖੋਏ ਵਾਲੀ ਹੈ ਇਹ 20 ਰੁਪਏ ਦੀ ਬੂ ਮੈਂ ਮੱਚ ਗਈ ਵੇ 20 ਰੁਪਏ ਨੂੰ ਟਿਕਾਣਾ ਵੇ ਆ ਜਿਹੜੀ 5 ਰੁਪਏ ਦੀਆਂ ਇਹ ਬਣਾ ਦੋ ਖਾਈਏ ਕੁੜੇ ਅਸੀਂ ਖਾ ਲੈਂਦੇ ਹਾਂ ਚੱਲ ਇਕੜਾ ਮੂੰਹ ਮਿੱਠਾ ਹਾਏ ਨੀ ਨੀ ਇਹ ਤਾਂ ਨਿਰੀ ਖੋਏ ਦੀ ਹੈ
ਹਾਏ ਹਾਏ ਨੀ ਕੁੜੇ ਤਾਂ ਇੰਨੀ ਸਵਾਦ ਕੁਲਫੀ ਹੈ ਬੂ ਯਾਰ ਤੂੰ ਸਵਾਰ ਹੀ ਹੋਣ ਲੱਗ ਗਿਆ ਕੁਲਫੀ ਖਾ ਕੇ ਬੂ ਨੀ ਚੱਲ ਚੱਲੀਏ ਵੇ ਭਾਈ ਕਿੰਨੇ ਪੈਸੇ ਹੋ ਗਏ ਹਾਂ ਲਿਆਓ ਬੀਬੀ 10 ਰੁਪਏ ਦਿਓ ਬੂ 10 ਰੁਪਏ ਨੂੰ ਟਿਕਾਣਾ 10 ਰੁਪਏ ਨੇ ਤਾਂ 4 ਆ ਜਾਂਦੀਆਂ ਨੇ 5 ਰੁਪਏ ਲੈਣੇ ਨੇ ਲੈ ਲੈ ਨਾ ਸਹੀ ਓ ਬੀਬੀ ਇਹ ਤੇ ਬਹੁਤ ਮਿਹਨਤ ਆਉਂਦੀ ਹੈ ਜਮਾ ਕੇ ਰੱਖਣੀ ਪੈਂਦੀ ਹੈ ਨੀ ਚੱਲ ਚੱਲ ਗਾ ਇਹਨੂੰ ਦਿੰਨੇ ਆ ਨੋਟ ਨੀ ਭੱਜ ਲੈ ਆ ਜਾ ਬਹਿ ਜਾ ਨਾ ਨਾ ਬੀਬੀ ਐ ਨਾ ਕਰੋ ਐ ਬਹਿ ਜਾ ਨੀ ਬਹਿ ਜਾ ਭੱਜ ਲੈ ਆ ਜਾ ਭੱਜ ਲੈ ਚੱਲ ਚੱਲ ਆ ਮੇਰੇ ਪੈਸੇ ਦੇ ਜਾ ਐ ਬੀਬੀ ਮੇਰੇ ਪੈਸੇ ਦੇ ਕੇ ਜਾ ਬੀਬੀ ਐ ਜੇ ਪਰਾਂ ਮਰ ਤੂੰ ਨੀ ਆ ਜਾ ਨੀ ਆ ਜਾ ਹੁਣ ਮੈਂ ਤੈਨੂੰ ਬੱਤੇ ਪਿਲਾਉਂਗੀ ਬੱਤੇ ਨੀ ਅੱਜ ਤਾਂ ਮੈਂ ਤੇਰੀ ਤਸੱਲੀ ਕਰਾ ਕੇ ਲਿਆਉਂ ਰਜਾ ਕੇ ਲਿਆਉਂਗੀ ਤੈਨੂੰ ਠੰਡਾ ਪੀਣ ਦੇ ਬਹਾਨੇ ਆਈ ਨੀ ਯਾਰਾਂ ਦਾ ਤਸੰਨ ਦੇਖ ਲੈ ਠੰਡਾ ਪੀਣ ਦੇ ਬਹਾਨੇ ਆ ਜਾ ਨੀ ਯਾਰਾਂ ਦਾ ਤਸੰਨ ਦੇਖ ਲੈ ਬੇ ਕੀ ਗਾ ਜਾ ਪਾਈ ਜਾਂਦਾ ਜੈ ਖਣ ਦੇ ਦਿਆ ਬੇ ਸਾਨੂੰ ਬੱਤੇ ਪਿਲਿਆ ਬੱਤੇ ਆ ਲੋ ਬੀਬੀ ਜੀ ਬੱਤੇ ਬੂ ਨੀ ਇੰਨਾ ਠੰਡਾ ਨੀ ਹੌਲੀ ਪੀ ਲੈ ਕੋਈ ਮੰਗ ਰੁਪਿਆ ਤੇਰੇ ਨੀ 250 ਤੇਰੇ ਤੇ ਸਾਹ ਨੀ ਇੱਥੇ ਮਰ ਜਾਏਗੀ ਨੀ ਮੇਰੇ ਗਲ ਪੈ ਜਾਏਗੀ ਨੀ ਤੇਰਾ ਸੜਿਆ ਜਾ ਬੁੜਾ ਤਾਂ ਮੈਨੂੰ ਕਹਿੰਦੀ ਮੇਰੀ ਬੁੜੀ ਮਾਰ ਆਈ ਨੀ ਕਿੱਥੋਂ ਦਿਆਉਂਗੀ ਮੈਂ ਜਮੀਰੋਆ ਨੂੰ ਨੀ ਐਡੀ ਕੁ ਤਾਂ ਸਾਡੇ ਕੋਈ ਹੈ ਵੀ ਨੀ ਕੋਈ ਨਾ ਫੀਲਾ ਨੀ ਚੱਲ ਬੇ ਭਾਈ ਨੀ ਪੀ ਲਿਆ ਹੁਣ ਰੱਜ ਲਈ ਪੁੱਛ ਭਾਈ ਤੋਂ ਪੈਸੇ ਕਿੰਨੇ ਬਣੇ ਬੇ ਭਾਈ ਕਿੰਨੇ ਪੈਸੇ ਹੋ ਗਏ 20 ਰੁਪਏ ਬਣ ਗਏ ਜੀ ਬੂ 20 ਰੁਪਏ ਇਹ ਤਾਂ ਸ਼ਹਿਰ ਵਾਲਿਆਂ ਨੂੰ ਤਾਂ ਅੱਗ ਲੱਗੀ ਪਈ ਆ ਅੱਜ ਉਹ ਪਿਛਲੇ ਵੀ ਅਸੀਂ ਲੜਦੇ ਤੇ ਦੁਆਏ ਨੀ ਇਹ ਤੈਨੂੰ ਕਿਹੜੇ 20 ਰੁਪਏ ਦੇ ਮੈਂ ਤੈਨੂੰ ਹਾਂ ਇਹ ਤਾਂ 20 ਲੱਗਣਗੇ ਜੀ ਬੀਬੀ ਲਾਜਾ ਦੇ ਨਾ ਬੋਲ ਮਾਏ ਪਤਾ ਕਿੰਨਾ ਦੀਆਂ ਤੇਰੇ ਵਰਗਿਆਂ ਤੁਸੀਂ ਕੱਚਾ ਖਾ ਜੀਏ ਦਿੰਨੀਆਂ ਤੈਨੂੰ ਚੱਲ ਨੀ ਭਜਾ ਲੈ ਸਾਈਕਲ ਨੀ ਆਪਾਂ ਕੁੜੀਆਂ ਦੇਖ ਕੇ ਹੈ ਕਿ ਮੁੰਡ ਰਹਿੰਦਾ ਹਾਂ ਨੀ ਚੱਲ ਚੱਲ ਐ ਬੀਬੀ ਪੈਸੇ ਨੀ ਅੱਜ ਤਾਂ ਪਰਿਵਾਰ ਮੌਜਾਂ ਕਰ ਲਈਆਂ ਨੀ ਰੱਜ ਲੀਆਂ ਨੀ ਗੁਲਫੀਆਂ ਨੀ ਕੀ ਕੁਛ ਕਰ ਆਈਆਂ ਨੀ ਆਪਾਂ ਅੱਜ ਸ਼ਹਿਰ ਚ ਬੈਠੇ ਨੀ ਮੈਂ ਤਾਂ ਚੀਕੜ ਪਾਤੇ ਆਪਾਂ ਸ਼ਹਿਰ ਚ ਆ ਕੇ ਨੀ ਆਪਾਂ ਪਿੰਡ ਚ ਤਾਂ ਲੋਕਾਂ ਨੂੰ ਪੜਿਆ ਪੜਿਆ ਮਾਰ ਦਿੱਤੀਆਂ ਨੀ ਆਪਾਂ ਨੇ ਸ਼ਹਿਰ ਚ ਗੁਲਫੀਆਂ ਕਲਫੀਆਂ ਦੀ ਵੀ ਰੇਲ ਬਣਾਤੀ ਖਰਚਾ ਖਰਚਾ ਹਾਏ ਨੀ ਮੇਰੀਆਂ ਤਾਂ ਅੱਜ ਕੁੱਖਾਂ ਕੱਢਤੀਆਂ ਨੀ ਬੂ ਨੀ ਚੰਗਾ ਨੀ ਹੁਣ ਉਹਦਾ ਘਰ ਨੇੜੇ ਆ ਕੁੜੀ ਦਾ ਮਨਪ੍ਰੀਤ ਦੇ ਘਰੇ ਵੀ ਆਪਾਂ ਜਾਣਾ ਨੀ ਫਿਰ ਆਪਾਂ ਮਿਲ ਕੇ ਛੇਤੀ ਵੀ ਜਾਣਾ ਚੱਲ ਨੀ ਚੱਲ ਚੱਲੀਏ ਮਗਲਾ ਮਗਲਾ ਚੱਲ ਨੀ ਰੋਕਦੇ ਨੀ ਰੋਕਦੇ ਰੋਕਦੇ ਨੀ ਆਹੀ ਆ ਨੀ ਰੋਕੀ 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 ਨੀ ਰੋਕਦੀਆਂ ਖੜ ਗਿਆ ਨੀ ਆਹੀ ਘਰ ਹੈ ਕੁੜੀ ਦਾ ਉਹਦਾ ਸ਼ਾਇਦ ਨੀ ਹਾਂ ਇਹੀ ਆ ਆਹ ਟੱਲੀ ਜੀ ਮਾਰਦੇ ਜਾ ਖਣ ਦੇ ਦੀ ਗਰੀਬਣੀ ਦਾ ਹਾਲ ਚਾਲ ਪੁੱਛਣ ਆ ਗਏ ਨੀ ਕੁੜੇ ਤੂੰ ਕਿਆ ਗਰੀਬਣੀ ਨੀ ਗਰੀਬ ਤੇਰੇ ਦੁਸ਼ਮਣ ਨੀ ਵੱਜਦੀ ਚੁਗਲੀ ਹੈ ਨੀ ਗਰੀਬਣੀ ਬਣੇ ਤੇਰੀਆਂ ਮਤਰੇਈ ਮਾਂ ਹਾਂ ਜਿਹਨੇ ਤੈਨੂੰ ਆਪਦੀ ਜਾਨ ਚ ਨਰਕ ਸਿੱਟਿਆ ਸੀ ਨੀ ਤੇਰੇ ਕਰਮ ਚੰਗੇ ਬੀਬੀ ਰਜਨੀ ਵਾਂਗੂ ਨੀ ਤੂੰ ਤਾਂ ਧਰ ਧਰ ਭੁੱਲਦੀ ਆ ਕੁੜੇ ਰੱਬ ਤੈਨੂੰ ਆਈ ਰੱਖੇ ਨੀ ਰੱਬ ਤੈਨੂੰ ਆਈ ਅਮੀਰ ਬਣਾਵੇ ਹੋਰ ਤੂੰ ਧਰ ਧਰ ਭੁੱਲੇ ਤੇਰੀ ਗੱਡੀਆਂ ਚਲਾਵੇ ਚੱਲ ਛੱਡੋ ਤਾਈ ਜੀ ਉਹਨਾਂ ਨੂੰ ਕਾਹਨੂੰ ਮਾੜਾ ਕਹਿਣਾ ਮੇਰੀ ਮਾਂ ਸੀ ਮੇਰੇ ਬਾਕੀ ਮੇਰੇ ਕਰਮ ਸੀ ਜਿਹੜੇ ਮੈਨੂੰ ਇੱਥੇ ਤੱਕ ਲੈ ਆਏ ਹਾਏ ਉਹਨੇ ਨੀ ਦੇਖਣਾ ਸੀ ਆਹ ਦੇਖ ਰੰਗ ਭਾਗ ਲੱਗੇ ਹੋਏ ਜੇ ਅੱਜ ਹੁੰਦੀ ਉਹ ਤਾਂ ਭੁੱਲੀ ਨਾ ਸਮਾਉਂਦੀ ਚਲੋ ਛੱਡੋ ਤਾਈ ਜੀ ਆ ਜਾਓ ਅੰਦਰ ਆਪਾਂ ਬਹਿ ਕੇ ਨਾਲੇ ਚਾਹ ਪਾਣੀ ਪੀਂਦੇ ਆ ਨਾਲੇ ਗੱਲਾਂ ਕਰਦੇ ਆ ਨੀ ਚਲਤੀ ਇਹ ਚੱਲ ਨੀ ਜਮੇਰੋ ਚੱਲ ਹਾਏ ਨੀ ਦੇਖੀ ਕਿਤੇ ਤਿਲਕ ਨਾ ਜਾਈ ਨੀ ਗੁਰਦੁਆਰੇ ਵਾਂਗੂ ਫਸ ਲਾਇਆ ਪਿਆ ਤਾਂ ਦੇਖ ਲੈ ਭਾਈ ਆ ਜਾਓ ਆ ਜਾਓ ਤਾਈ ਜੀ ਬਚ ਕੇ ਦੇਖਿਓ ਆ ਜਾਓ ਬਹਿ ਜਾਓ ਤਾਈ ਜੀ ਲੈ ਭਾਈ ਬਹਿ ਜਾਓ ਇਹ ਲੈ ਬਹਿ ਗਈਆਂ ਨੀ ਕੁੜੇ ਇੰਨਾ ਸੋਹਣਾ ਘਰ ਤੇਰਾ ਨੀ ਇਹ ਮੈਂ ਸਦਕੇ ਜਾਵਾਂ ਨੀ ਮੈਂ ਕੁਰਬਾਨ ਹੋਵਾਂ ਤੇਰੇ ਘਰ ਬਾਰ ਤੇ ਨੀ ਇਹ ਤਾਂ ਕਿਸੇ ਰਾਜੇ ਦਾ ਮਹਿਲ ਲੱਗਦਾ ਮੇਰਾ ਕਾਹਦਾ ਬੇਬੇ ਜੀ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੋਰ ਤਾਈ ਜੀ ਤੁਸੀਂ ਕੀ ਲਓਗੇ ਕੋਲਡ ਡਰਿੰਕ ਚਾਹ ਕੌਫੀ ਜਾਂ ਫਿਰ ਰੋਟੀ ਖਾਓਗੇ ਨੀ ਪੁੱਤ ਅਸੀਂ ਤਾਂ ਤੜਕੇ ਦੀਆਂ ਤੁਰੀਆਂ ਭੁੱਖੀਆਂ ਮਰਦੀਆਂ ਨੀ ਅਸੀਂ ਤਾਂ ਰੋਟੀ ਖਾਵਾਂਗੀਆਂ ਰਾਮੂ ਪਹਿਲਾਂ ਕੋਲਡ ਡਰਿੰਕ ਲਾਇਆ 2 ਗਲਾਸ ਅਤੇ ਉਸ ਤੋਂ ਬਾਅਦ 'ਚ ਰੋਟੀ ਤਿਆਰ ਕਰੋ ਠੀਕ ਹੈ ਹੋਰ ਸੁਣਾਓ ਤਾਈ ਜੀ ਪਿੰਡ ਦਾ ਕੀ ਹਾਲ ਚਾਲ ਹੈ ਪਿੰਡ ਦਾ ਕੀ ਦੱਸਾਂ ਧੀਏ ਵੱਜਦੇ ਚੁਗਲੀ ਹੈ ਜਿਹੜੀ ਤੇਰੀ ਭੈਣ ਨਹੀਂ ਵਿਆਹੀ ਸੀ ਮਗਰੋਂ ਓਹੋ ਜਿਹੜਾ ਘਰ ਜਮਾਈ ਰਿਹਾ ਸੀ
ਉਹ ਬਾਹਲੀ ਦਾਰੂ ਪੀਂਦਾ, ਨਸ਼ੇ ਕਰਦਾ, ਟੀਕੇ ਲਾਉਂਦਾ ਆਪਦੇ, ਨਾਲੇ ਤੇਰੇ ਮਾਂ ਤੇ ਪਿਓ ਨੂੰ ਬਾਹਲੀ ਕੁੱਟਮਾਰ ਕਰਦਾ, ਉਹਨੇ ਉਹਨਾਂ ਦਾ ਜਲੂਸ ਕੱਢ ਰੱਖਿਆ, ਨਾਲੇ ਜਿਹੀ ਜੀ ਉਹਨਾਂ ਨੇ ਕੀਤੀ ਵੀ ਪੁੱਤ ਤੇਰੇ ਨਾਲ, ਉਹਨਾਂ ਨੂੰ ਆਹੀ ਬਣ ਰਹੀ ਹੈ ਬਜਦੀ ਚੁਗਲੀ ਆ। ਇਹ ਤਾਂ ਉਹਦੀ ਬਹੁਤ ਗਲਤ ਗੱਲ ਹੈ ਤਾਈ ਜੀ, ਜਿਹੇ ਜਿਹੇ ਵੀ ਨਹੀਂ ਹੈਗੇ ਤਾਂ ਮੇਰੇ ਮਾਂ ਬਾਪ ਨਾ ਉਹਨੂੰ ਐਵੇਂ ਨਹੀਂ ਕਰਨਾ ਚਾਹੀਦਾ, ਆਪਦੇ ਮਾਂ ਬਾਪ ਵਾਂਗੂ ਸਮਝਣਾ ਚਾਹੀਦਾ ਜਦੋਂ ਰਹਿੰਦਾ ਉਹਨਾਂ ਕੋਲ ਆ ਤਾਂ। ਬਜਦੀ ਚੁਗਲੀ ਹੈ, ਦੇਖ ਕੁੜੇ ਵਿਚਾਰੀ ਕਿੰਨੀ ਨਰਮ ਦਿਲ ਦੀ ਧੀ ਆ। ਨਹੀਂ ਇਹ ਤਾਂ ਉਹ ਗੱਲ ਹੈ, ਨਾਲੇ ਵਿਚਾਰੀ ਅਕੇ ਧੀ ਤਾਂ ਪੇਕਿਆਂ ਦਾ ਕਰਿਆ ਸਾਰੀ ਉਮਰ ਨਹੀਂ ਭੁੱਲਦੀ, ਨਾਲੇ ਭਵਾਂ ਦੀ ਕਿੰਨੀ ਇਹਦੇ ਨਾਲ ਬਣੀ, ਨਾਲੇ ਕਦੇ ਇਹਨੂੰ ਮਿਲਣ ਵੀ ਨਹੀਂ ਆਉਂਦੇ, ਉਹ ਇੱਕ ਵਾਰ ਸੰਧਾਰਾ ਵੀ ਨਹੀਂ ਦੇਣ ਆਉਂਦੇ ਸੀ ਮਹੀਨੀ ਵਿਚਾਰੀ ਨੂੰ। ਨਹੀਂ ਚੱਲ ਜੇ ਨਹੀਂ ਆਉਂਦੇ ਨਾ ਆਉਣ, ਨਹੀਂ ਇਹਨੂੰ ਕਾਹਦਾ ਤੋੜਾ ਗਾ ਹੁਣ। ਚਲੋ ਛੱਡੋ ਤਾਈ ਜੀ, ਆ ਜਾਓ ਰੋਟੀ ਤਿਆਰ ਹੈ, ਰੋਟੀ ਖਾ ਲਓ। ਨਹੀਂ ਚੱਲ ਧੀ ਚੱਲ, ਨਹੀਂ ਮੇਰੇ ਤਾਂ ਢਿੱਡ 'ਚ ਡੁਆ ਪਈ ਜਾਂਦੇ ਨੇ, ਚੱਲ ਨਹੀਂ ਰੋਟੀ ਖਾਈ ਜੇ ਮੇਰੇ। ਚੱਲ ਚੱਲ ਮੇਰੇ ਤਾਂ ਭਾਈ ਕਦੋਂ ਦੇ ਕਤੂਰੇ ਭੌਂਕ ਜਾਂਦੇ ਨੇ। ਚਲੋ ਹੋਰ ਹੋ ਖੜੀ। ਨਹੀਂ ਚੱਲ ਖਾ ਲੈ, ਹੋ ਜਾ ਖੜੀ ਦੇਖੀ ਬਾਏ। ਚਲੋ ਏ ਬਾਈ ਜਾ, ਨਹੀਂ ਪੁੱਤੇ ਇੱਥੇ ਬੈਠੀ ਅਸੀਂ। ਅਸੀਂ ਤਾਂ ਜੀ ਡਾਇਨਿੰਗ ਟੇਬਲ ਤੇ ਬੈਠ ਕੇ ਹੀ ਰੋਟੀ ਖਾਂਦੇ ਆ। ਨਹੀਂ ਚੱਲ ਧੀ ਜਿਵੇਂ ਬੈਠਿਆ ਹੋਣੀਆਂ ਬਹਿ ਜਾਂਦੇ। ਨਹੀਂ ਆ ਤਾਂ ਹੋਰ ਹੀ ਜੈਖਣ ਦੀਆਂ ਤੰਗਲੀਆਂ ਜੀਆਂ ਨੇ, ਇਹ ਤਾਂ ਚਮਚੇ ਨੇ ਕਿ ਤੰਗਲੀਆਂ ਨੇ ਪੁੱਤ, ਕੀ ਨੇ ਤਾਂ ਹੋਰ ਹੀ ਕੁਛ ਲੱਗਦੇ ਨੇ। ਨਹੀਂ ਖਾ ਲੈ ਜਿਵੇਂ ਹੈਗੀ, ਨਹੀਂ ਇਹ ਸਹਿਰਾਂ ਦੇ ਤਾਂ ਨਵੀਂ ਚੋਜ ਨੇ ਜੈਖਣ ਦੇ। ਖਲ 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 ਹਾਏ ਹਾਏ। ਨਹੀਂ ਜਿਉਂਦੀ ਰਹਿਤੀ ਏ, ਨਹੀਂ ਅਸੀਂ ਤਾਂ ਰੱਜ ਲੀਆਂ, ਨਹੀਂ ਅਸੀਂ ਤਾਂ ਕਦੇ ਜ਼ਿੰਦਗੀ 'ਚ ਨਹੀਂ ਖਾਧੀ ਤੀ ਇੰਨੀ ਸਵਾਦ ਰੋਟੀ। ਨਹੀਂ ਉਹ ਕਿਹੜੀ ਚੀਜ਼ ਹੈ ਜਿਹੜੀ ਤਾਂ ਬਣਾ ਕੇ ਨਹੀਂ ਦਿੱਤੀ ਪੁੱਤ ਸਾਨੂੰ? ਨਹੀਂ ਇੱਕ ਤਾਂ ਜੈਖਣ ਦੇ ਭਰਮੇ ਜੇ ਬਤਾਉ ਕਰਕੇ ਦਿੱਤੇ ਤਾਂ, ਨਹੀਂ ਸ਼ਿਮਲਾ ਮਿਰਚ। ਹਾਂ ਲੈ, ਨਹੀਂ ਸ਼ਿਮਲਾ ਨਹੀਂ ਹੁੰਦੀ, ਪਹਾੜੀ ਹੁੰਦੀ ਆ। ਨਹੀਂ ਜੈਖਣ ਦੇ ਸ਼ਿਮਲਾ ਲਾ ਲੈ, ਪਹਾੜੀ ਲਾ ਲੈ, ਮੈਨੂੰ ਨਹੀਂ ਪਤਾ। ਨਹੀਂ ਪੁੱਤ ਗੋਭੀ ਸੁੱਕੀ ਪੁੱਤ, ਨੀ ਸੁੱਕੇ ਆਲੂ ਬਣਾ ਕੇ ਦਿੱਤੇ ਤਾਂ। ਨੀ ਗੱਠਿਆਂ ਨੂੰ ਤੜਕਾ ਹੀ ਭਾਈ, ਮਨ ਤਾਂ ਬਲਾਈ ਸੋਹਣਾ ਲੱਗਿਆ। ਵਾਹ ਨੀ ਪਿੰਡ 'ਚ ਤਾਂ ਅਸੀਂ ਮੂੰਗੀ ਦੀ ਦਾਲ ਖਾ ਖਾ ਏ ਹੰਬ ਗਈਆਂ। ਨੀ ਚੱਲ ਕੁੜੇ ਮੈਂ ਤਾਂ ਰੱਜ ਗਈ। ਨੀ ਚੱਲ ਹੱਥ ਧੋਈਏ ਕੁੜੇ ਉੱਠ ਕੇ। ਖਰਚਾ ਮੈਨੂੰ ਥੋੜਾ ਜਿਹਾ ਹੋਰ ਖਾ ਲੈਣ ਦੇ। ਨੀ ਘੱਟ ਖਾ, ਨੀ ਤਾਂ ਸਾਈਕਲ ਵੀ ਚਲਾਉਣਾ ਰਾਹ 'ਚ, ਨੀ ਹੋਰ ਨਾ ਕਿਤੇ ਸੌਂ ਜੀ, ਰਾਹ 'ਚ ਹੀ ਮੈਨੂੰ ਮਾਰ ਦੇ ਕਿਤੇ। ਨੀ ਤੂੰ ਏਡਾ ਲੁੱਕ ਦੇ ਡਰੰਮ ਵਰਗੀ ਕਿਹੜਾ ਖਿੱਚਣੀ ਸੌਖੀ ਆ ਮੈਨੂੰ, ਤੈਨੂੰ ਕਿਹੜਾ ਸਾਈਕਲ ਆਉਂਦਾ ਨਾਲੇ। ਨੀ ਚੰਗਾ ਨੀ ਚੰਗਾ ਬਹੁਤੀ ਨਾ ਬੋਲ, ਚੱਲ ਹੱਥ ਤੋਂ ਉੱਠ ਕੇ। ਫਿਰ ਅਸੀਂ ਜਾਣਾ ਹੈ, ਲੇਟ ਹੋ ਜਾਏਗੀ, ਹੱਥ ਨੇ ਜਾ ਕੇ ਡੰਗਰ ਪਸ਼ੂ ਵੀ ਸਾਹਮਣੇ ਨੇ। ਪੁੱਤ ਹੁਣ ਸਾਨੂੰ ਕਰੜੀ ਜੀ ਝੋਟੇ ਕੁੱਟ ਜੀ ਚਾਹ ਬਣਾ ਕੇ ਪਿਲਿਆ ਦੇ। ਚੰਗਾ ਤਾਈ ਜੀ, ਮੈਂ ਹੁਣੇ ਬਣਵਾ ਕੇ ਲਿਆਉਣੀ ਆ। ਰਾਮੂ ਦੋ ਕੱਪ ਚਾਹ ਲੈ ਕੇ ਆ। ਵਧੀਆ ਜੀ। ਨਹੀਂ ਇੰਨਾ ਠੰਡਾ ਕਮਰਾ ਕੁੜੀ ਤੇਰਾ, ਨੀ ਇੱਥੇ ਕੀ ਲੱਗਿਆ ਹੋਇਆ ਹੈ ਜਾ, ਨੀ ਇੰਨਾ ਠੰਡਾ। ਇੱਥੇ ਤਾਈ ਜੀ ਏਸੀ ਲੱਗਿਆ ਹੋਇਆ, ਏਅਰ ਕੰਡੀਸ਼ਨਡ ਹੈ ਇਹ ਕਮਰਾ। ਖੇਸੀ ਲੱਗੀ ਹੋਈ ਆ? ਖੇਸੀ ਨੀ ਜੀ, ਏਸੀ। ਏਸੀ? ਨੀ ਤੈਨੂੰ ਕੀ ਪਤਾ ਜਿਵੇਂ ਰੋ, ਨੀ ਸਹਿਰਾਂ ਦੇ ਹੋਰ ਮਸ਼ੀਨਾਂ ਜੀ ਹੁੰਦੀਆਂ ਨੇ ਜੈਖਣ ਦੇ ਦੀਆਂ, ਉਹ ਬਰਫ ਬੁਰਫ ਪਾ ਕੇ ਚੱਲਦੀਆਂ ਨੇ। ਚੁੱਪ ਕਰ, ਕਹੀ ਨਹੀਂ ਆਗੀ, ਇੰਨੀ ਠੰਡ ਦੀ ਕਿਉਂ ਚੜੀ ਜਾਂਦੀਆਂ ਮੈਨੂੰ? ਨੀ ਹੋਰ ਨਾ ਤੈਨੂੰ ਕਾਂਬਾ ਚੜ ਜੇ। ਚਲੋ ਤਾਈ ਜੀ ਚਾਹ ਪੀ ਲਓ। ਲਿਆ ਕੁੜੇ ਪੀ ਲਈਏ। ਤਾਈ ਜੀ ਜਿਹੇ ਜੇ ਵੀ ਨੇ ਹੈਗੇ ਤਾਂ ਮੇਰੇ ਮਾਂ ਬਾਪ, ਉਹਨਾਂ ਦਾ ਖਿਆਲ ਰੱਖਿਆ ਕਰੋ। ਚੰਗਾ ਧੀਏ ਚੰਗਾ, ਮੈਂ ਤਾਂ ਬਥੇਰਾ ਪੁੱਤ ਜਾਣੀ ਆਉਂਦੀ ਹਾਂ, ਮੈਂ ਤਾਂ ਤੇਰੇ ਪਿਓ ਨਾਲ ਬਥੇਰੇ ਦੁੱਖ ਸੁੱਖ ਕਰਕੇ ਆਉਂਦੀ ਹਾਂ। ਜੇ ਹੁਣ ਗਏ ਤਾਂ ਉਹਨਾਂ ਨੂੰ ਕਹਿ ਦਿਓ ਵੀ ਕਦੇ ਆ ਕੇ ਮੈਨੂੰ ਮਿਲ ਜਾਣ, ਮੇਰਾ ਵੀ ਗਰੀਬਣੀ ਦਾ ਹਾਲ ਪੁੱਛ ਲੈਣ ਆ ਕੇ। ਚੰਗਾ ਧੀਏ ਚੰਗਾ, ਜ਼ਰੂਰ ਕਹਿ ਕੇ ਆਵਾਂਗੀ। ਚੁੰਨੀ ਦੇ ਲੜ ਬੰਨ ਲੈ ਦਾ ਸੁਨੇਹਾ। ਚੰਗਾ ਧੀਏ ਚੰਗਾ, ਹੁਣ ਅਸੀਂ ਜਾਣੀ ਹਾਂ। ਹੁਣ ਪੁੱਤ ਤੇਰੇ ਘਰੇ ਆ ਕੇ ਤਾਂ ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਨਾਲੇ ਉਹ ਮਤਰੇਈਆਂ ਮਾਵਾਂ ਨੂੰ ਵੀ ਤੇਰੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜਿਹੜੀ ਉਹਨਾਂ ਦੇ ਮਤਰੇਈਆਂ ਧੀਆਂ ਨੇ, ਉਹਨਾਂ ਨੇ ਮਤਰੇਈਆਂ ਨਾ ਸਮਝਣ, ਉਹਨਾਂ ਨੂੰ ਉਹ ਜਿਹੀ ਪਿਆਰ ਦੇਣ। ਹੋਰ ਪੁੱਤ ਮੈਂ ਤਾਂ ਪੁੱਤਾ ਚੁਗਲੀਆਂ ਚਗਲੀਆਂ ਦਾ ਸਾਰਾ ਕੰਮ ਛੱਡਤਾ ਅੱਜ ਤੋਂ, ਮੈਂ ਨਹੀਂ ਹੁਣ ਕੋਈ ਚੁਗਲੀ ਕਰਦੀ, ਮੈਂ ਤਾਂ ਹੁਣ ਮਸਤਵਾਣੇ ਜਾ ਕੇ ਅੰਮ੍ਰਿਤ ਛਕੂੰਗੀ, ਮੈਂ ਤਾਂ ਗੁਰੂ ਦੇ ਲੜ ਲੱਗੂੰਗੀ ਭਾਈ, ਮੈਂ ਤਾਂ ਜਾਣੀ ਹਾਂ। ਬਜਦੀ ਚੁਗਲੀ ਹੈ, ਮੈਂ ਤਾਂ ਬਥੇਰਾ ਪਿੰਡ ਪੜਿਆ ਪੜਿਆ ਮਾਰਤਾ, ਹੁਣ ਨਹੀਂ ਮੈਂ ਚੁਗਲੀਆਂ ਚਗਲੀਆਂ ਕਰਦੀ, ਹੇ ਰੱਬ ਸੱਚਿਆ ਮੈਨੂੰ ਮਾਫ਼ ਕਰ ਦੇ, ਹੁਣ ਤਾਂ ਮਸਤ ਹੋਣੇ ਜਾਊਂਗੀ। ਬੂ ਬੂ ਪਾਰਤੀ ਤੀ, ਬੂ ਬਚਾਈ ਮੇਰੇ ਪਾ, ਹਾੜੇ ਬਚਾਈ ਲੈ, ਭੱਜ ਲੈ ਭੱਜ ਲੈ ਕੁੜੇ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸਾਡੇ ਛੋਟੇ ਵੀਰ ਬਚਨ ਬੇਦਲ ਬੜਰੁੱਖਾਂ ਦੇ, ਜਿਨ੍ਹਾਂ ਨੇ ਇਸ ਦਰਦਾਂਮਈ ਕਹਾਣੀ ਨੂੰ ਲਿਖਿਆ ਔਰ ਕੈਸਟ ਮਤਰੇਈ ਮਾਂ ਪੇਸ਼ ਕਰ ਰਹੇ ਸਨ ਢਾਡੀ ਸ਼ੇਰ ਸਿੰਘ ਨਮੋਲ, ਸਰੰਗੀ ਮਾਸਰ ਨਛੱਤਰ ਸਿੰਘ ਛੱਤਾ, ਢਾਡੀ ਜੱਥਾ ਮਹਿੰਦਰ ਸਿੰਘ ਸਿਮੀਆਂ, ਜ਼ਿਲ੍ਹਾ ਸੰਗਰੂਰ।
Thank you.